ਸਾਡੇ ਸਾਹਮਣੇ ਦੁਨੀਆ ਵਿੱਚ ਦੋ ਹੀ ਰਸਤੇ ਹਨ, ਇੱਕ ਮਨਮਤ ਹੈ ਮਨਮਾਰਗ, ਇੱਕ ਸੰਤ ਮਤ ਹੈ ਜਿਸ ਨੂੰ ਅਸੀਂ ਗੁਰੂ ਮਾਰਗ ਜਾਂ ਗੁਰੂ ਮਤ ਵੀ ਕਹਿੰਦੇ ਹਾਂ। ਸਾਡਾ ਜਿੱਥੇ ਵੀ ਜਨਮ ਹੁੰਦਾ ਹੈ, ਕਿਸੇ ਵੀ ਸਮਾਜ ਅੰਦਰ ਹੁੰਦਾ ਹੈ, ਅਸੀਂ ਸਾਰੇ ਹੀ ਇਹ ਕਹਿੰਦੇ ਹਾਂ ਕਿ ਅਸੀਂ ਗੁਰੂ ਮਤ ਦੇ ਉੱਤੇ ਚੱਲਦੇ ਹਾਂ ਔਰ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਠੀਕ ਹੈ। ਸਾਨੂੰ ਪਤਾ ਹੀ ਹੈ ਕਿ ਮੁਸਲਮਾਨਾਂ ਦੇ ਸਮਾਜ ਦੇ ਅੰਦਰ ਮੱਕੇ ਦੀ ਯਾਤਰਾ ਕਰਨੀ, ਜਿੱਥੇ ਮੁਹੰਮਦ ਸਾਹਿਬ ਦਾ ਜਨਮ ਹੋਇਆ ਹੈ, ਸਾਊਦੀ ਅਰਬ ਦੇ ਅੰਦਰ ਨਮਾਜ਼ ਪੜ੍ਹਨੀ, ਸਾਲ ਵਿੱਚ 30 ਦਿਨ ਰੋਜ਼ੇ ਰੱਖਣੇ, ਪਰਮਾਤਮਾ ਦੇ ਨਾਮ ਉੱਪਰ ਜੁਗਾਤ ਕੱਢਣੀ, ਦਾਨ ਦੇਣਾ, ਇਸ ਨੂੰ ਉਹ ਗੁਰਮਤ ਸਮਝਦੇ ਹੈ। ਇਸੇ ਤਰ੍ਹਾਂ ਈਸਾਈਆਂ ਦੇ ਸਮਾਜ ਵਿੱਚ ਪੈਦਾ ਹੁੰਦੇ ਹੈ। ਈਸਾਈ ਕੀ ਹੈ ਕਿ ਚਰਚ ਦੇ ਵਿੱਚ ਜਾਣਾ, ਬਿਪਤਿਸਮਾ ਲੈਣਾ, ਪ੍ਰਾਰਥਨਾ ਕਰਨੀ, ਉਹ ਈਸਾ ਦੇ ਉੱਤੇ ਯਕੀਨ ਲਿਆਉਣਾ ਕਿ ਸਦਾ ਵਾਸਤੇ ਉਹੀ ਮੁਕਤੀ ਦਾ ਦਾਤਾ ਹੈ, ਉਹ ਇਸ ਨੂੰ ਗੁਰਮਤ ਸਮਝਦੇ ਹੈ। ਇਸੇ ਤਰ੍ਹਾਂ ਸਾਡੇ ਹਿੰਦੂਆਂ ਅੰਦਰ ਤੀਰਥ ਯਾਤਰਾ ਕਰਨੀ ਆ, ਟਿੱਕਾ ਜਨੇਊ ਪਾਉਣਾ, ਗਾਇਤਰੀ ਮੰਤਰ ਦਾ ਜਾਪ ਕਰਨਾ, ਹੋਰ ਵੀ ਕਈ ਕਿਸਮ ਦੇ ਸੰਜਮ ਹਿੰਦੂ ਸਮਾਜ ਦੇ ਅੰਦਰ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਮਤ ਦੇ ਉੱਤੇ ਚੱਲਦੇ ਹਾਂ। ਇਸੇ ਤਰ੍ਹਾਂ ਸਿੱਖ ਸਮਾਜ ਦੇ ਅੰਦਰ ਪੰਜ ਕਕਾਰਾਂ ਦਾ ਪਾਲਣ ਕਰਨਾ ਬੜਾ ਜ਼ਰੂਰੀ ਸਮਝਿਆ ਹੈ ਜਾਂਦਾ ਹੈ। ਉਹ ਪੰਜ ਕਕਾਰ ਇਹ ਹੁੰਦੇ ਹੈ, ਕੱਛਾ ਪਾਉਣਾ ਬੜਾ ਜ਼ਰੂਰੀ ਹੈ, ਕਿਰਪਾਨ ਦਾ ਧਾਰਨ ਕਰਨਾ ਔਰ ਕੜਾ ਪਾਉਣਾ ਹੱਥ ਵਿੱਚ, ਕੰਘਾ ਰੱਖਣਾ ਇਹ ਜ਼ਰੂਰੀ ਸਮਝੇ ਜਾਂਦੇ ਹੈ। ਜਿਹੜਾ ਇਹਨਾਂ ਚੀਜ਼ਾਂ ਨੂੰ ਧਾਰਨ ਕਰ ਲੈਂਦਾ ਹੈ ਉਹ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਗੁਰੂ ਮਤ ਦੇ ਉੱਤੇ ਚੱਲਦਾ ਹਾਂ, ਮੈਂ ਖੁਦ ਸਿੱਖ ਸਮਾਜ ਦੇ ਅੰਦਰ ਪੈਦਾ ਹੋਇਆ ਹੈ ਔਰ ਜੋ ਸਿੱਖ ਸਮਾਜ ਦੇ ਪਾਲਣ ਹੈ, ਬੰਧਨ ਹੈ ਜਾਂ ਜੋ ਉਹਦੇ ਅੰਦਰ ਰਹਿਤ ਰੱਖਣੀ ਜ਼ਰੂਰੀ ਸੀ ਉਹ ਮੈਂ ਸਭ ਕੁਛ ਕੀਤਾ ਹੈ। ਅੱਜ ਵੀ ਮੈਂ ਇਹਨਾਂ ਚੀਜ਼ਾਂ ਤੋਂ ਕੋਈ ਮੁਨਕਰ ਨਹੀਂ, ਕਿਉਂਕਿ ਇਹ ਸਾਡੇ ਸਮਾਜ ਦਾ ਰੀਤੀ ਰਿਵਾਜ ਹੈ। ਸੰਤ ਜਦ ਵੀ ਆਉਂਦੇ ਹੈ ਉਹ ਸਾਨੂੰ ਕਿਸੇ ਸਮਾਜ ਦਾ ਬਾਈਕਾਟ ਨਹੀਂ ਕਰਦੇ ਗੇ, ਬਲਕਿ ਸਾਰਾ ਵਿਸ਼ਵ ਉਹਨਾਂ ਦਾ ਆਪਣਾ ਘਰ ਹੁੰਦਾ ਹੈ। ਉਹ ਕਿਸੇ ਦਾ ਸਮਾਜ ਤੋੜਦੇ ਨਹੀਂ, ਨਾ ਉਹ ਨਿਆਂ ਬਣਾਉਂਦੇ ਹੈ, ਬਲਕਿ ਉਹ ਤਾਂ ਕਹਿੰਦੇ ਹੈ ਤੁਸੀਂ ਆਪੋ ਆਪਣੇ ਸਮਾਜਾਂ ਵਿੱਚ ਰਹੋ, ਆਪੋ ਆਪਣੇ ਰੀਤੀ ਰਿਵਾਜ ਕਰੋ। ਮਤਲਬ ਤਾਂ ਸਾਡਾ ਗੁਰੂ ਮਤ ਦੇ ਉੱਤੇ ਚੱਲਣਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਤ ਮਹਾਤਮਾ ਕੀ ਇਸ ਰੀਤੀ ਰਿਵਾਜ ਨੂੰ ਗੁਰੂ ਮਤ ਕਹਿੰਦੇ ਹੈ ਜਾਂ ਗੁਰੂ ਮਤ ਕੋਈ ਹੋਰ ਹੈ, ਕਿਉਂਕਿ ਸਾਨੂੰ ਹਰ ਜਗ੍ਹਾ ਬਚਪਨ ਤੋਂ ਲੈ ਕੇ ਬੁੱਢੇ ਤੱਕ ਗੁਰੂ ਦੀ ਜ਼ਰੂਰਤ ਪੈਂਦੀ ਹੈ। ਪੈਰ ਪੈਰ 'ਤੇ ਗੁਰੂ ਦੀ ਲੋੜ ਹੈ। ਬੱਚਾ ਜੰਮਦਾ ਹੈ ਉਸ ਨੂੰ ਆਪਣੇ ਘਰਾਣੇ ਦੀ ਬੋਲੀ ਦਾ ਗਿਆਨ ਨਹੀਂ ਹੁੰਦਾ ਗਾ, ਪਹਿਲਾਂ ਉਹਦੇ ਮਾਤਾ ਪਿਤਾ ਗੁਰੂ ਹੁੰਦੇ ਹੈ ਜੋ ਉਸ ਘਰਾਣੇ ਦਾ ਰਹਿਣ ਸਹਿਣ ਬੋਲਣਾ ਚੱਲਣਾ ਉਸ ਨੂੰ ਦੱਸਦੇ ਹੈ। ਉਸ ਤੋਂ ਮਗਰੋਂ ਉਹਦੇ ਭੈਣ ਭਾਈ ਗੁਰੂ ਹੋ ਜਾਂਦੇ ਹੈ, ਉਹ ਉਸ ਦੀ ਨੂੰ ਤੁਰਨਾ ਫਿਰਨਾ ਦੱਸਦੇ ਹੈ। ਜਦ ਬੜੇ ਹੋ ਕੇ ਸਕੂਲਾਂ ਕਾਲਜਾਂ 'ਚ ਜਾਂਦੇ ਹੈ ਅਸੀਂ ਉਹਨਾਂ ਨੂੰ ਗੁਰੂ ਧਾਰਨ ਕਰਦੇ ਹਾਂ ਜੋ ਸਾਨੂੰ ਦੁਨਿਆਵੀ ਸਿੱਖਿਆ ਦਿੰਦੇ ਹੈ। ਇਸੇ ਤਰ੍ਹਾਂ ਇਦੂ ਹੋਰ ਬੜੇ ਹੁੰਦੇ ਹੈ, ਸਾਨੂੰ ਸਮਾਜ ਸੁਧਾਰ ਵਾਲੇ ਜਿਤਨੇ ਵੀ ਲੀਡਰ ਨੇਤਾ ਹੁੰਦੇ ਆ ਉਹ ਮਿਲਦੇ ਹੈ, ਉਹ ਸਾਡੇ ਅੰਦਰ ਵਤਨ ਪ੍ਰਤੀ ਜੋ ਫਰਜ਼ ਹੁੰਦੇ ਹੈ ਉਹ ਦੱਸਣਾ ਸ਼ੁਰੂ ਕਰਦੇ ਹੈ ਔਰ ਉਹ ਲੋਕ ਵੀ ਗੁਰੂ ਦਾ ਹੀ ਕੰਮ ਕਰਦੇ ਹੈ। ਲੇਕਿਨ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਚੇਲਾ ਗੁਰੂ ਤੋਂ ਵੱਧ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਗਾ, ਕਿਉਂਕਿ ਅਗਰ ਗੁਰੂ ਜਿਸ ਮੰਜ਼ਿਲ ਦਾ ਸਾਨੂੰ ਮਿਲਿਆ ਹੈ ਚੇਲਾ ਉੱਥੇ ਪਹੁੰਚ ਸਕਦਾ ਹੈ, ਉਦੋਂ ਅੱਗੇ ਉਹ ਜਾ ਨਹੀਂ ਸਕਦਾ ਗਾ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਦੇ ਨਾਲ ਦੱਸਦੇ ਹੈ ਕਿ ਗੁਰੂ ਮਤ ਕੀ ਚੀਜ਼ ਹੈ। ਉਹ ਸਾਨੂੰ ਦੱਸਦੇ ਹੈ ਕਿ ਸਾਡੀ ਆਤਮਾ ਜਿਹੜੀ ਹੈ ਇਹ ਉਸ ਪਰਮਾਤਮਾ ਦੀ ਅੰਸ ਹੈ, ਇਹ ਆਪਣੇ ਘਰ ਨੂੰ ਭੁੱਲ ਗਈ, ਆਪਣੇ ਅਸਲੇ ਨੂੰ ਭੁੱਲ ਗਈ, ਇਹ ਮਨ ਮਾਇਆ ਦੇ ਦੇਸ਼ ਵਿੱਚ ਆ ਕੇ ਸਭ ਕੁਛ ਭੁਲਾ ਬੈਠੀ ਹੈ।
ਇੱਥੇ ਇਸਨੇ ਦੁੱਖਾਂ ਦੇ ਭਾਰੇ ਆਪਣੇ ਸੀਸ ਦੇ ਉੱਪਰ ਉਠਾ ਲਏ ਹੈ। ਸੰਤ ਮਹਾਤਮਾ ਜਦ ਆਉਂਦੇ ਹੈ ਉਹਨਾਂ ਨੂੰ ਪਤਾ ਹੈ ਕਿ ਇਸ ਪਾਪਾਂ ਦੀ ਦਲਦਲ ਦੇ ਥੱਲੇ ਸ਼ੁੱਧ ਆਤਮਾ ਵੀ ਹੈ, ਔਰ ਜਦ ਆਤਮਾ ਉਸ ਪਾਪਾਂ ਦੇ ਥੱਲੇ ਦਬ ਕੇ ਘਬਰਾਉਂਦੀ ਹੈ, ਦੁੱਖ ਔਰ ਮੁਸੀਬਤਾਂ ਸਹਿੰਦੀ ਹੈ, ਉਸ ਵੇਲੇ ਕੀ ਹੈ ਕਿ ਇਹ ਪੁਕਾਰ ਕਰਦੀ ਹੈ। ਤੋ ਸੰਤ ਮਹਾਤਮਾ ਮਾਲਕ ਇਸ ਮੰਡਲ ਦੇ ਉੱਤੇ ਮਹਾਤਮਾ ਨੂੰ ਭੇਜਦਾ ਹੈ ਕਿ ਜਾਓ ਤੁਸੀਂ ਉਹਨਾਂ ਆਤਮਾ ਦੀ ਮਦਦ ਕਰੋ ਜਿਹੜੀਆਂ ਆਤਮਾ ਮੈਨੂੰ ਮਿਲਣ ਵਾਸਤੇ ਤੜਫ ਰਹੀਆਂ ਹੈ। ਉਹ ਸਾਨੂੰ ਦੱਸਦੇ ਹੈ ਕਿ ਸਮਾਜ ਦਾ ਬਦਲਣਾ, ਕੋਈ ਬੋਲਿਆਂ ਦਾ ਬਦਲਣਾ, ਪਰਮਾਤਮਾ ਦੀ ਭਗਤੀ ਨਾਲ ਕੋਈ ਸੰਬੰਧ ਨਹੀਂ ਗਾ। ਉਹ ਸਾਨੂੰ ਦੱਸਦੇ ਕਿ ਕਿਸ ਤਰ੍ਹਾਂ ਤੁਸੀਂ ਗੁਰਮਤਿ ਤੇ ਚੱਲਣਾ ਹੈ ਕਿ ਪਹਿਲਾਂ ਆਤਮਾ ਦੇ ਉੱਪਰ ਇਹ ਸੱਚਖੰਡ ਦੇ ਵਿੱਚ ਰਹਿੰਦੀ ਸੀ, ਜਦ ਥੱਲੇ ਆਈ ਨਿਚਲੇ ਮੰਡਲਾਂ ਦੇ ਵਿੱਚ ਆਈ ਤਾਂ ਇਸ ਦੇ ਉੱਪਰ ਇੱਕ ਖੋਲ ਚੜ੍ਹ ਗਿਆ, ਚਾਹੇ ਤੁਸੀਂ ਪਿੰਜਰਾ ਕਹਿ ਲਓ, ਇਸ ਪਿੰਜਰੇ ਦੇ ਵਿੱਚ ਬੰਦ ਹੋ ਗਈ। ਉਹ ਕਾਰਨ ਤੇ ਇਸ ਦਾ ਪਿੰਜਰਾ ਸੀ, ਖੋਲ ਸੀ। ਉਦੋਂ ਥੱਲੇ ਵਾਲੇ ਮੰਡਲ ਵਿੱਚ ਆਈ, ਇਸ ਦੇ ਉੱਪਰ ਸੂਖਸ਼ਮ ਦੇਸ਼ ਦਾ ਖੋਲ ਚੜ੍ਹ ਗਿਆ, ਉਹ ਪਿੰਜਰਾ ਆ ਗਿਆ। ਅਸਥੂਲ ਦੇ ਵਿੱਚ ਤਨ ਦਾ ਪਿੰਜਰਾ ਆ ਗਿਆ ਜਿਹਦੇ ਵਿੱਚ ਅੱਜ ਆਪਾਂ ਬੈਠੇ ਹਾਂ। ਇਹਨੂੰ ਮਹਾਤਮਾ ਦੁੱਖਾਂ ਦੀ ਦੁਨੀਆ ਕਰਕੇ ਬਿਆਨ ਕਰਦੇ ਹੈ। ਜਦ ਅਸੀਂ ਇਹ ਤਿੰਨਾਂ ਪਿੰਜਰਿਆਂ ਨੂੰ, ਤਿੰਨਾਂ ਖੋਲਾਂ ਨੂੰ ਆਤਮਾ ਦੇ ਉੱਪਰੋਂ ਲਾਹ ਕੇ ਦਸਵੀਂ ਗਲੀ ਦੇ ਵਿੱਚ ਪਹੁੰਚ ਜਾਂਦੇ ਹਾਂ, ਕਿਉਂਕਿ ਮਹਾਤਮਾ ਸਾਨੂੰ ਦੱਸਦੇ ਹੈ ਕਿ ਇਸ ਇਨਸਾਨੀ ਜਾਮੇ ਦੇ, ਜਿਸ ਨੂੰ 12 ਭਵਨਾਂ ਵਾਲਾ ਮਕਾਨ ਵੀ ਕਿਹਾ, 12 ਮੰਜ਼ਿਲਾ ਮਕਾਨ ਵੀ ਕਿਹਾ, ਈਸਾ ਨੇ ਕਿਹਾ ਸੀ ਕਿ ਮੇਰੇ ਪਿਤਾ ਦੇ ਘਰ ਅੰਦਰ ਅਨੇਕਾਂ ਭਵਨ ਹੈ, ਲੇਕਿਨ ਅਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਇਹਨਾਂ ਭਵਨਾਂ ਦੇ ਅੰਦਰ ਦਾਖਲ ਹੋਣ ਦੀ। ਔਰ ਇਸ ਭਵਨ ਦੇ 9 ਦਰਵਾਜ਼ੇ ਹੈ, 2 ਅੱਖਾਂ ਦੇ ਸੁਰਾਖ ਹੈ, 2 ਕੰਨਾਂ ਦੇ ਹਨ, 2 ਨੱਕ ਦੇ ਸੁਰਾਖ ਹੈ, ਮੂੰਹ ਹੇਠ 2 ਇੰਦਰੀਆਂ ਦੇ ਸੁਰਾਖ ਹਨ, ਇਹ ਦਿਸਦੇ ਸੰਸਾਰ ਦੀ ਤਰਫ ਖੁੱਲ੍ਹਦੇ ਹਨ। ਕਿਆ ਇਹਨਾਂ ਦੇ ਜ਼ਰੀਏ ਅਸੀਂ ਬਹੁਤ ਸਾਰੀ ਆਪਣੀ ਸ਼ਕਤੀ ਆਤਮਾ ਦੀ ਬਰਬਾਦ ਕਰ ਰਹੇ ਹਾਂ, ਖਰਚ ਕਰ ਰਹੇ ਹਾਂ? ਇਹਨਾਂ ਦੇ ਅੰਦਰ ਫਿੱਕੀਆਂ ਲੱਜਤਾਂ ਹਨ, ਇਹਨਾਂ ਦੇ ਅੰਦਰ ਰਹਿੰਦਿਆਂ ਹੋਇਆਂ 9 ਦਰਵਾਜ਼ਿਆਂ ਦੇ ਅੰਦਰ ਅਸੀਂ ਗੁਰੂ ਮਤ ਦੇ ਉੱਤੇ ਨਹੀਂ ਚੱਲ ਰਹੇ ਹੁੰਦੇ। ਔਰ ਜੋ 10ਵਾਂ ਦਰਵਾਜ਼ਾ ਹੈ ਉਹ ਸਾਡੇ ਸੱਚਖੰਡ ਦੀ ਤਰਫ ਖੁੱਲ੍ਹਦਾ ਹੈ ਕਿ ਅੰਦਰ ਦੀ ਤਰਫ ਖੁੱਲ੍ਹਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, 9 ਦਰਵਾਜ਼ੇ ਕਾਇਆ ਕੋਟ ਗੜ, ਇਸ ਨੂੰ ਗੜ ਕਰਕੇ ਬਿਆਨ ਕੀਤਾ ਹੈ। ਕਹਿੰਦੇ ਇਸ ਦੇ 9 ਦਰਵਾਜ਼ੇ ਹੈ, 10ਵਾਂ ਗੁਪਤ ਰਖੀਜੈ, ਉਹ 10ਵਾਂ ਜਿਹੜਾ ਅੰਦਰ ਦੀ ਤਰਫ ਖੁੱਲ੍ਹਦਾ ਹੈ ਉਹ ਗੁਪਤ ਰੱਖਿਆ ਹੋਇਆ ਹੈ। ਵਜਰ ਕਵਾੜ ਨਾ ਖੁੱਲ੍ਹੀ ਗੁਰ ਸ਼ਬਦ ਖੁੱਲੀਜੈ, ਆਪ ਕਹਿਣ ਲੱਗੇ ਉਹ ਏਡਾ ਸਖ਼ਤ ਕਵਾੜ ਲਾ ਕੇ ਪਰਮਾਤਮਾ ਪਿੱਛੇ ਬੈਠ ਗਿਆ ਹੈ, ਉਹ ਖੁਦ ਹੀ ਇਨਸਾਨ ਬਣ ਕੇ ਖੋਲ੍ਹਣ ਵਾਸਤੇ ਆਉਂਦਾ ਹੈ। ਔਰ ਜਦ ਅਸੀਂ ਉਸ ਦਰਵਾਜ਼ੇ ਦੇ ਉੱਤੇ ਸਿਮਰਨ ਦੇ ਜ਼ਰੀਏ ਆਪਣੇ ਖਿਆਲ ਨੂੰ ਇਕੱਠਾ ਕਰਦੇ ਹਾਂ, ਫਿਰ ਕੀ ਹੈ ਕਿ ਸਾਡਾ ਉੱਥੋਂ ਸਫ਼ਰ ਸ਼ੁਰੂ ਹੁੰਦਾ ਹੈ, ਉੱਥੋਂ ਗੁਰਮਤ ਦੀ ਅਲਫਬੇ ਹੀ ਸ਼ੁਰੂ ਹੁੰਦੀ ਹੈ। ਫਿਰ ਸਾਨੂੰ ਪਤਾ ਲੱਗਦਾ ਹੈ ਜਾਂ 10ਵੇਂ ਦੁਆਰ ਦੇ ਵਿੱਚ ਪਹੁੰਚਦੇ ਹਾਂ, ਆਤਮਾ ਜਾਗ ਪੈਂਦੀ ਹੈ। ਫਿਰ ਆਤਮਾ ਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਮਨ ਮਾਇਆ ਦੀ ਮੈਲ ਦੇ ਵਿੱਚ ਦੱਬੀ ਰਹੀ, ਬਾਹਰ ਰੀਤੀ ਰਿਵਾਜ਼ ਦੇ ਵਿੱਚ ਉਲਝੀ ਰਹੀ। ਔਰ ਉਸ ਤੋਂ ਮਗਰੋਂ ਆਤਮਾ ਨੂੰ ਜਦ ਜਾਗ ਆਉਂਦੀ ਹੈ, ਇਹ ਫਿਰ ਉੱਪਰ ਜਾਂਦੀ ਹੈ, ਕਿਉਂਕਿ ਇਸ ਤੋਂ ਵੀ ਅੱਗੇ 2 ਮੰਜ਼ਿਲਾਂ ਹੋਰ ਉੱਪਰ ਜਾਣਾ ਪੈਂਦਾ ਹੈ। ਔਰ ਪਵਰ ਗੁਫਾ ਔਰ 10ਵੇਂ ਦੁਆਰ ਦੇ ਜੋ ਦਰਮਿਆਨ ਵਿੱਚ ਜਗ੍ਹਾ ਹੈ, ਜਿਸ ਨੂੰ ਮਹਾਕਾਲ ਦਾ ਦੇਸ਼ ਜਾਂ ਮਹਾਸੁਨ ਕਰਕੇ ਬਿਆਨ ਕੀਤਾ ਗਿਆ ਹੈ, ਉਸ ਦੇ ਅੰਦਰ ਅਸੀਂ ਬਗੈਰ ਗੁਰੂ ਤੋਂ ਕਦੇ ਵੀ ਪਾਰ ਨਹੀਂ ਹੋ ਸਕਦੇ। ਹਾਲਾਂਕਿ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਜੋ ਆਤਮਾ 10ਵੇਂ ਦੁਆਰ ਦੇ ਵਿੱਚ ਪਹੁੰਚ ਜਾਂਦੀ ਹੈ ਉਸਦਾ 12 ਸੂਰਜ ਦਾ ਨੂਰ ਔਰ ਪ੍ਰਕਾਸ਼ ਹੋ ਜਾਂਦਾ ਹੈ, ਲੇਕਿਨ ਇਸ ਤਿਮਰ ਖੰਡ ਮਹਾਸੁਨ ਦੇ ਵਿੱਚ ਜਾ ਕੇ ਉਹ ਚਾਨਣ, ਉਹ ਪ੍ਰਕਾਸ਼ ਕੋਈ ਕੰਮ ਨਹੀਂ ਦਿੰਦਾ ਗਾ। ਇੱਥੇ ਮਹਾਤਮਾ ਸਾਨੂੰ ਦੱਸਦੇ ਹੈ, ਹਿੰਦੂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਕੌਣ ਹੈ ਜੋ ਉੱਥੇ ਪ੍ਰਕਾਸ਼ ਕਰ ਦੇ, ਨੂਰ ਪੈਦਾ ਕਰ ਦੇਵੇ, ਕਿਉਂਕਿ ਉੱਥੇ ਗੁਰੂ ਹੀ ਸਾਨੂੰ ਅੱਗੇ ਲਿਜਾ ਸਕਦਾ ਹੈ। ਉੱਥੇ ਬੜੀਆਂ ਆਤਮਾ ਕੰਬਲ ਭੂਸੇ ਖਾਂਦੀਆਂ ਹੁੰਦੀਆਂ ਹਨ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਤੁਸੀਂ ਖੁਦ ਅੰਦਰ ਜਾ ਕੇ ਦੇਖੋ, ਸਤਸੰਗੀਆਂ ਨੂੰ ਪਤਾ ਹੀ ਹੈ ਜਿਹੜੇ ਅੰਦਰ ਜਾਂਦੇ ਹੈ ਕਿ ਉੱਥੇ ਬਹੁਤ ਸਾਰੀਆਂ ਆਤਮਾ ਕਾਲ ਨੇ ਗੁੰਮਰਾਹ ਕੀਤੀਆਂ ਹੋਈਆਂ ਹੈ, ਜਿਨ੍ਹਾਂ ਨੂੰ ਪੂਰਾ ਗੁਰੂ ਨਹੀਂ ਮਿਲਿਆ ਗਾ। ਔਰ ਜਦ ਸਤਸੰਗੀ ਉੱਥੋਂ ਦੀ ਲੰਘਦੇ ਹੈ ਉਹ ਬੇਨਤੀਆਂ ਕਰਦੀਆਂ ਆਤਮਾ ਕਿ ਸਾਨੂੰ ਵੀ ਨਾਲ ਲੈ ਚੱਲੋ।
ਉਹ ਪਹੁੰਚੀਆਂ ਹੋਏ ਜਿਹੜੇ ਸਤਸੰਗੀ ਹੁੰਦੇ ਆ ਉਹ ਕਹਿੰਦੇ ਤੁਸੀਂ ਸਭ ਤੋਂ ਪਹਿਲਾਂ ਗੁਰੂ ਨੂੰ ਧਾਰਨ ਕਰੋ। ਕਿਸ ਗੁਰੂ ਨੂੰ ਧਾਰਨ ਕਰੋ ਕਿ ਜਿਹੜਾ ਇੱਥੋਂ ਦੀ ਰੋਜ਼ ਜਾਂਦਾ ਹੈ, ਹਰ ਰੋਜ਼ ਲੰਘਦਾ ਹੈ ਗੁਰੂ, ਉਹ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥੀਆ, ਉਹ ਨਹੀਂ ਗੁਰੂ ਕੇ ਕੰਨ 'ਚ ਫੂਕ ਮਾਰ ਦਿੱਤੇ ਮੈਂ ਤੇਰਾ ਗੁਰੂ ਹੋ ਗਿਆ, ਤੂੰ ਮੇਰਾ ਚੇਲਾ ਹੋ ਗਿਆ। ਇਸ ਵਾਸਤੇ ਗੁਰੂ ਜਿਹੜਾ ਹੈ ਉਹ ਸਾਨੂੰ ਉਸ ਅੰਧੇਰੇ ਤੋਂ ਪਾਰ ਕਰਾਉਂਦਾ ਹੈ। ਅੱਗੇ ਅਸੀਂ ਭੱਬਰ ਗੁਫਾ ਦੇ ਦੇਸ਼ ਵਿੱਚ ਪਹੁੰਚ ਜਾਂਦੇ ਹੈ, ਉੱਥੇ ਆਤਮਾ ਪਹੁੰਚ ਕੇ ਮਸਤ ਹੋ ਜਾਂਦੀ ਹੈ ਔਰ ਇਸ ਦੇ ਆਪਣੇ ਵਤਨ ਦੀ ਯਾਦ ਆਉਂਦੀ ਹੈ ਔਰ ਇਹ ਅੱਗੇ ਪਰਮਾਤਮਾ ਦੀ ਮਿਲਣ ਦੀ ਕੋਸ਼ਿਸ਼ ਕਰਦੀ ਹੈ। ਭੱਬਰ ਗੁਫਾ ਜੋ ਹੈ ਉਹ ਸੱਚਖੰਡ ਦਾ ਬੂਹਾ ਹੈ। ਕਿਆ ਫਿਰ ਆਤਮਾ ਦੇ ਅੰਦਰ ਦਇਆ ਉੱਠਦੀ ਹੈ ਉੱਥੇ ਪਹੁੰਚ ਕੇ ਕਿ ਮੇਰੀਆਂ ਨਾਲ ਦੀਆਂ ਜਿਹੜੀਆਂ ਸਖੀਆਂ ਆਤਮਾ ਹੈ ਉਹ ਕਾਲ ਦੀ ਜੇਲ੍ਹ ਵਿੱਚ ਫਸੀਆਂ ਹੋਈਆਂ ਹੈ ਔਰ ਜਿਸ ਰਸਤੇ ਉਹ ਆਤਮਾ ਜਾਂਦੀ ਹੈ ਉਸੇ ਉਹ ਰੋਜ਼ ਰੋਜ਼ ਵਾਪਸ ਆਉਂਦੀ ਹੈ ਔਰ ਇੱਥੋਂ ਦੀਆਂ ਆਤਮਾ ਨੂੰ ਉਹ ਸੰਦੇਸ਼ ਦਿੰਦੀ ਹੈ ਕਿ ਕਾਲ ਦੀ ਨਗਰੀ ਵਿੱਚ ਦੁੱਖ ਹੈ, ਮੁਸੀਬਤ ਹੈ। ਮੈਂ ਤੁਹਾਨੂੰ ਇੱਕ ਐਸੇ ਦੇਸ਼ ਦੀ ਦੱਸ ਪਾਉਣਾ ਹੈ ਜਿੱਥੇ ਮੌਤ ਨਹੀਂ, ਪੈਦਾਇਸ਼ ਨਹੀਂ, ਸ਼ਾਂਤੀ ਹੈ, ਉੱਥੇ ਦੁੱਖ ਦਿਖਾਉਂਦਾ ਕੋਈ ਨਹੀਂ ਗਾ। ਇਸ ਵਾਸਤੇ ਜਿਨ੍ਹਾਂ ਦਾ ਨਸੀਬ ਹੁੰਦਾ ਹੈ, ਉੱਚੇ ਭਾਗ ਹੁੰਦੇ ਹੈ, ਉਹ ਉਸ ਪਹੁੰਚੀ ਹੋਈ ਆਤਮਾ ਦੀ ਸੰਗਤ ਔਰ ਸੋਭਤ ਤੋਂ ਫਾਇਦਾ ਉਠਾ ਕੇ ਉਹਦੇ ਨਾਲ ਚਲੇ ਜਾਂਦੇ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੋ ਚੇਤ, ਛੁੱਟੇ ਤਿਲ ਵਾੜ ਜਿਉ ਸੁੰਝਾਂ ਅੰਦਰ ਖੇਤ, ਖੇਤਾਂ ਅੰਦਰ ਛੁੱਟੀ ਹੈ ਕਹੋ ਨਾਨਕ ਸੋ ਨਾ ਹੈ, ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸਵਾਹੇ। ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਹੜੇ ਆਦਮੀ ਇਹ ਕਹਿੰਦੇ ਆ ਕਿ ਅਸੀਂ ਪੂਰੇ ਗੁਰੂ ਕੋਲ ਕੀ ਜਾਣਾ ਹੈ, ਅਸੀਂ ਘਰੇ ਸਭ ਕੁਛ ਕਰ ਸਕਦੇ ਹਾਂ, ਉਹ ਕਹਿਣ ਲੱਗੇ ਉਹਨਾਂ ਦੀ ਹਾਲਤ ਇਹ ਹੈ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਆਪਣੇ ਆਪ ਵਿੱਚ ਸੁਚੇਤ ਹੋਏ ਬੈਠੇ ਹੈ, ਛੁੱਟੇ ਤਿਲ ਵਾੜ ਜੋ ਸੁੰਝੇ ਅੰਦਰ ਖੇਤ। ਗੁਰੂ ਨਾਨਕ ਸਾਹਿਬ ਨੇ ਬੜੀ ਇੱਕ ਅੱਛੀ ਮਿਸਾਲ ਦੇ ਕੇ ਸਮਝਾਈ ਹੈ, ਜਿਸ ਤਰ੍ਹਾਂ ਜ਼ਿਮੀਂਦਾਰ ਦਾ ਤਿਲਾਂ ਦਾ ਖੇਤ ਹੁੰਦਾ ਹੈ, ਉਹ ਸਾਰੇ ਤਿਲਾਂ ਨੂੰ ਖਾਦ ਵੀ ਪਾਉਂਦਾ ਹੈ, ਪਾਣੀ ਵੀ ਇੱਕੋ ਜਿਹਾ ਦਿੰਦਾ ਹੈ, ਲੇਕਿਨ ਉਹਨਾਂ ਵਿੱਚ ਬਹੁਤ ਸਾਰੇ ਇਸ ਕਿਸਮ ਦੇ ਪੌਦੇ ਹੁੰਦੇ ਹੈ ਜਿਨ੍ਹਾਂ ਨੂੰ ਡੋਡੀਆਂ ਲੱਗਦੀਆਂ ਹੈ, ਫੁੱਲ ਵੀ ਲੱਗਦੇ ਹੈ, ਲੇਕਿਨ ਉਹਨਾਂ ਡੋਡੀਆਂ ਦੇ ਅੰਦਰ ਕੋਈ ਬੀਜ ਨਹੀਂ ਬਣਦਾ ਗਾ, ਸਵਾਹ ਪੈਦਾ ਹੋ ਜਾਂਦੀ ਹੈ। ਜੋ ਜੱਟ ਤਿਲਾਂ ਦਾ ਖੇਤ ਦਾ ਵਾਕਫ ਹੁੰਦਾ ਹੈ ਉਹ ਕੀ ਕਰਦਾ ਹੈ, ਉਸ ਨੂੰ ਕੱਟਦਾ ਨਹੀਂ ਗਾ, ਉਸੇ ਥਾਂ ਛੱਡਿਆ ਆਉਂਦਾ ਹੈ, ਉਸਦਾ ਕੋਈ ਮਾਲਕ ਨਹੀਂ ਹੁੰਦਾ ਗਾ, ਬਲਕਿ ਪਸ਼ੂ ਪੰਛੀ ਵੀ ਉਸ ਪੌਦੇ ਨੂੰ ਨਹੀਂ ਖਾਂਦੇ ਗੇ, ਉਹ ਖੇਤ 'ਚ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਪੂਰੇ ਗੁਰੂ ਤੋਂ ਨਾਮ ਨਹੀਂ ਲੈਂਦੇ ਗੇ, ਆਪਣੇ ਆਪ ਸੁਚੇਤ ਹੋਏ ਫਿਰਦੇ ਹੈ, ਉਹਨਾਂ ਦੇ ਬੱਚੇ ਵੀ ਹਨ, ਬੱਚੀਆਂ ਵੀ ਹਨ, ਉਹਨਾਂ ਦੀ ਅੱਛੀ ਸਿਹਤ ਹੈ, ਉਹਨਾਂ ਕੋਲ ਧਨ ਦੌਲਤ ਵੀ ਹੈ, ਜਿਸ ਤਰ੍ਹਾਂ ਉਹ ਤਿਲ ਦੇ ਪੌਦੇ ਦੇ ਅੰਦਰ ਸਾਰਾ ਕੁਛ ਹੀ ਹੁੰਦਾ, ਲੇਕਿਨ ਉਸ ਨੂੰ ਉਸਦੇ ਅੰਦਰ ਬੀਜ ਨਹੀਂ ਬਣਦਾ ਗਾ ਔਰ ਜ਼ਿਮੀਂਦਾਰ ਉਸਨੂੰ ਖੇਤ ਛੱਡਿਆ ਆਉਂਦਾ ਹੈ। ਇਸੇ ਤਰ੍ਹਾਂ ਜਦ ਮੌਤ ਆਉਂਦੀ ਹੈ ਉੱਥੇ ਉਸਦਾ ਉਸੀ ਆਤਮਾ ਦਾ ਕੋਈ ਵਾਰਸ ਨਹੀਂ ਹੁੰਦਾ ਗਾ, ਪਰ ਕਾਲ ਵੀ ਉਸਨੂੰ ਅੱਗੇ ਅੰਗੀਕਾਰ ਨਹੀਂ ਕਰਦਾ ਗਾ, ਉਹ ਵੀ ਨਰਕਾਂ ਦੇ ਵਿੱਚ ਪਾਉਂਦਾ ਹੈ, ਧਰਮਰਾਜ ਦੇ ਦੂਤਾਂ ਤੋਂ ਉਸਦੀ ਸੰਭਾਲ ਕਰਾਉਂਦਾ ਹੈ। ਆਪ ਕਹਿਣ ਲੱਗੇ ਬੇਸ਼ੱਕ ਉਹ ਕਿਤਨੇ ਵੀ ਸੁਚੇਤ ਕਿਉਂ ਨਾ ਹੋਏ ਫਿਰਨ, ਆਖਰ ਉਹਦੀ ਹਾਲਤ ਪਰਮਾਤਮਾ ਦੇ ਦਰਬਾਰ ਵਿੱਚ ਇੱਕੋ ਤਿਲ ਦੇ ਖੇਤ, ਤਿਲ ਦੇ ਪੌਦੇ ਨਾਲੋਂ ਜ਼ਿਆਦਾ ਨਹੀਂ ਗੀ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਕੀ ਅਸੀਂ ਗੁਰੂ ਮਤ 'ਤੇ ਚੱਲਦੇ ਹਾਂ ਜਾਂ ਮਨਮਤ ਦੇ ਉੱਤੇ ਚੱਲਦੇ ਹਾਂ। ਅਗਰ ਜੇ ਬਾਹਰ ਰੀਤੀ ਰਿਵਾਜ ਕਰਮ ਕਮ ਕਾਂਡ ਹੀ ਗੁਰੂ ਮਤ ਹੋਵੇ, ਅੱਜ ਤੁਹਾਨੂੰ ਪਤਾ ਹੀ ਹੈ ਸਮਾਜਾਂ ਦੇ ਅੰਦਰ ਕਿਸ ਤਰ੍ਹਾਂ ਇੱਕ ਦੂਸਰੇ ਦੀ ਨਿੰਦਿਆ ਆਲੋਚਨਾ ਕਰ ਰਹੇ ਹੈ, ਕਿਸ ਤਰ੍ਹਾਂ ਅਸੀਂ ਮਹਾਤਮਾ ਦੇ ਸੰਦੇਸ਼ ਨੂੰ ਭੁੱਲ ਕੇ ਗੁਰੂ ਮਤ ਨੂੰ ਛੱਡ ਕੇ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹੈ, ਇਹ ਕਿਉਂ ਹੋਏ ਬੈਠੇ ਹੈ? ਅਸੀਂ ਗੁਰੂ ਮਤ ਤੋਂ ਕਰੋੜਾਂ ਕੁਹਾਂ ਦੂਰ ਚਲੇ ਗਏ ਹਾਂ। ਅਗਰ ਗੁਰੂ ਮਤ ਦੇ ਉੱਤੇ ਚੱਲੀਏ, ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪੜ੍ਹ ਕੇ ਦੇਖ ਲਓ, ਆਪ ਕਹਿਣ ਲੱਗੇ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹਾਂ, ਉਹ ਨੁਕਸਾ ਦੱਸਦਾ ਹੈ ਜਿਹਦੇ ਨਾਲ ਤੁਸੀਂ ਪਰਮਾਤਮਾ ਨੂੰ ਪਾ ਸਕਦੇ ਹੋ। ਉਹ ਕਹਿੰਦੇ ਆ ਪਰਮਾਤਮਾ ਇੱਕ ਪਿਆਰ ਹੈ, ਆਤਮਾ ਵੀ ਉਸ ਪਿਆਰ ਦਾ ਹੀ ਇੱਕ ਕਤਰਾ ਹੈ। ਅਗਰ ਤੁਸੀਂ ਆਪਣੇ ਅੰਦਰ ਪਿਆਰ ਪੈਦਾ ਕਰੋਗੇ ਤਾਂ ਤੁਸੀਂ ਉਸ ਪਿਆਰ ਦੇ ਵਿੱਚ ਜਾ ਕੇ ਸਮਾ ਜਾਓਗੇ। ਆਪ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ ਜਨ, ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਮੈਂ ਤੁਹਾਨੂੰ ਸੱਚੀ ਸੱਚੀ ਗੱਲ ਦੱਸਦਾ ਹਾਂ ਕਿ ਜਿਨ੍ਹਾਂ ਨੇ ਪਿਆਰ ਕੀਤਾ ਹੈ ਉਹ ਹਮੇਸ਼ਾ ਹੀ ਪਰਮਾਤਮਾ ਦੇ ਪਾਸ ਪਹੁੰਚ ਜਾਂਦੇ ਹੈ। ਈਸਾ ਮਸੀਹ ਕਹਿੰਦਾ ਹੈ ਕਿ ਤੁਸੀਂ ਆਪਣੇ ਹਮਸਾਏ ਦੇ ਨਾਲ ਉਤਨਾ ਹੀ ਪਿਆਰ ਕਰੋ, ਉਸ ਤਰ੍ਹਾਂ ਦਾ ਹੀ ਸਲੂਕ ਕਰੋ ਜਿਹੋ ਜਿਹਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ। ਸੋ ਇਸ ਵਾਸਤੇ ਅਗਰ ਅਸੀਂ ਗੁਰੂ ਮਤ ਦੇ ਉੱਤੇ ਚੱਲੀਏ ਤਾਂ ਅਸੀਂ ਵੀ ਹਰ ਇੱਕ ਨੂੰ ਪਿਆਰ ਹੀ
पेश करिए, प्यार ही देिए। इस वास्ते असीं गुरु मत ते नहीं चलदे गे। महात्मा सानू दसदे आ जो गुरु मत दे उत्ते चलदे है उन्हां नू पता है कि साडा सब दा एक परमात्मा है, असीं सब उस दे बच्चे हैं, कदे भरा भरा आपसरी में दुश्मनी नहीं करदे गे। और असीं भी सारे हर समाजां च रहिंदे होए आपसरी में प्यार करिए, मुहब्बत करिए। जे सानू इह पता लग जावे कि साडा एक पिता परमात्मा सब दा दाता है, सब दा बादशाह है। लेकिन महात्मा सानू दसदे आ कित्थों जाके गुरमत शुरू हुंदी है, किस तरह गुरुमत दे उत्ते चलना है, फिर सानू पता लगदा है। सो आप दे अगे स्वामी जी महाराज का छोटा जिहा शब्द रखा जाता है कि जिन्हां दे बहुत सारे उच्चे भाग हुंदे है ओह ही गुरुमत दे उत्ते आउंदे है। आप कहण लगे अगर कोई कीमती हीरा रतन दुनिया दे विच कोई खोज दे काबल है, वह गुरु की खोज है, गुरु का मिलाप है। सानू पता है अज की दुनिया के अंदर दुनिया ने बड़ी बड़ी खोज की है, बड़ी बड़ी रिसर्च की है। पता ही है सानू कि जेडे असी सालां विच पेंडे करते सैं वह महीनों विच घंटियां विच दिनों विच कर लैंदे हैं। किस तरह अज का इंसान हवा के विच उड़िया फिरदा है और किस तरह वह अज न्यूयॉर्क के अंदर है, अमरीका विच है, कल नू वह हिंदुस्तान पहुंच जाता है। ये की है इंसान के दिमाग की काढ है, उसकी खोज का ही तजर्बा है। किस तरह के बड़े बड़े एटम बनाए हुए है, असीं एटमों के नाल दुनिया की तबाही का किस तरह दावा करते हैं कि अज का इंसान इन्नी तरक्की करके भी खुश नहीं नज़र दे विच आ रहा। हर एक सहमिया होया है क्योंकि मैनू विश्व के अंदर जाण दा दो तीन दफा मौका मिलिया है। मैनू पता है कि किस तरह इंसान सहमिया होया है। हर एक आके इंसान सवाल करता है कि महाराज जी इतने इतने एटम बन चुके हैं, इन्हां दा किवें छुटकारा होएगा। अगर किसी अज दे लीडर दा दिमाग दे विच इह गल आ गई कि मैं इन्हां नू चलावां देखां तां सही इह की करदे है, सारी दुनिया देखदां देखदां तबाह हो जाएगी। सो महात्मा सानू दसदे आ कि किस तरह असीं कामयाब हो सकदे हैं। महात्मा कहिंदे आ जो संतां महात्मा रिखियां मुनियां ने ग्रंथ वेद लिखे हन, अगर असीं उन्हां ते उन्हां दी रिसर्च करनी शुरू कर दईए, उन्हां दे उत्ते चलना शुरू कर दईए, तां अज सानू एटम रखण दी लोड़ नहीं गी। अज तो पहला तुसी देख लो बड़े बड़े चोटी दे महात्मा होए, रामचंद्र जी, कृष्ण जी महाराज, गुरु नानक जी महाराज, इसे तरह मुहम्मद साहब आए, उन्होंने प्यार का संदेश दिता, उन्होंने हुकूमत नहीं की, उन्होंने प्यार ना लोगों के दिल जित ले, दिलों से राज किया। असी अज भी उन्होंने नाम फकर दे नाल लैने हैं कि साडे गुरु देव जी महाराज किड्डे अच्छे सन, जिहड़े अज महात्मा आए है, जिस तरह महाराज सावण सिंह, बाबा जयमल सिंह, महाराज कृपाल जी, उन्होंने कोई सानू नवी गल नहीं दसी गई, उन्होंने भी उन्होंने महात्मा का संदेश ही साडे तक पहुँचाया कि वह महात्मा थोड़े वास्ते की कह गए है। हुण असी ग्रंथ पुस्तकां तां पढ़ते हैं लेकिन जो पढ़ते हैं उन्हां दे उत्ते असी विचार नहीं करते गे। गुरु नानक साहब ऐसे पढ़ने वालों नूं की कहिंदे है, व्यापारी कहिंदे है, जिस तरह कोई व्यापार करता फिरदा है। इसे तरह हजरत बाहू कहिंदा है हाफज हिफज कर करन तकबर करन मुला वडियाई हू, सावण माह दे बदलां वांगू फिरन किताबां चाई हू, जिथे देखण चंगा चोखा उथे पढ़न कलाम सबाई हू, वो दोही जहानी मुठे बाहू जिन्हां खाधी वेच कमाई हू। गुरु नानक साहब भी कहिंदे है तिरगतना दा जीविया जो लिख लिख वेचे नाओ, खेती जिनकी उजड़ी खलवाड़े क्या थाओ। वो कहिंदे कि जो लोग वेदां शास्त्रां दा गलत इस्तेमाल करते हैं वह वेदां शास्त्रां दे चोर हन और उन्हां नूं परमात्मा कदे माफ नहीं कर सकदा गा। अगर असी सही अर्थां दे विच इन्हां ग्रंथां नूं पढ़ीए तां साडा सब दा उस परमात्मा की खिलकत दे नाल प्यार होएगा, परमात्मा नाल प्यार होएगा, साडे अंदरों दुनिया की विखीली हीरखा निंदिया सब परला के उड़ जाएगी। जदों असी अपने मन की मत छड्डदे आ गुरु मत दे उत्ते चलदे हैं तो स्वामी जी महाराज कहिंदे सब नूं चंगी खोज किहड़ी है, गुरु नूं खोजना, गुरु तो नाम लैना और गुरु के दसे हुए मुताबक अपने अंदर जाके जो कुछ मैं इदू पहला तुहानूं दस्या आया है कि किस तरह खोज करनी है, किस तरह आत्मा के उपरों तिने पर्दों ला के असी दसवें द्वार दे विच जाना है। जब आत्मा उत्थे नंगी हो जाती है, पर्दों के विचों टकी बाहर निकल आती है, उत्थे लिंग भेद भी खत्म हो जाता है। इनू पता है कि ना आत्मा काली है, ना गोरी है, ना हिंदुस्तान दे रहण वाली है, ना अमरीका अफरीका दे रहण वाली है, आत्मा तो आखिर आत्मा ही है। सो इस वास्ते महात्मा सानू प्यार दे नाल समझाउंदे है इत्थे गुरमत धारण करन वास्ते अपना आप वारना पैंदा है।
मन दे नाल लड़ाई करनी पैंदी है, युद्ध करना पैंदा है। तुलसी साहब कहंदे आ मन एडा हठीला दुश्मन है कि जेड़ा कदे थोड़े कीतियां हार नहीं मंदा गा। आप कहंदे आ तुलसी रण में जूझना घड़ी एक का काम, नित उठ मन से जूझना बिन खंडे संग्राम। आप कहने लगे मन दे नाल नित लड़ाई करनी पैंदी है, नित युद्ध करना पैंदा है। सो इस वास्ते आप कहने लगे कि संत मत दे विच आउणा, गुरु मत नूं अपनाउणा, ਇਹ ਕੀ ਹੈ ਕਿ ਅਸੀਂ ਹਠੀਲੇ ਦੁਸ਼ਮਣ ਦੇ ਨਾਲ ਸਾਡਾ ਵਾਹ ਪਿਆ ਹੁੰਦਾ ਹੈ, ਉਹਦੇ ਨਾਲ ਲੜਾਈ ਮੁੱਲ ਲੈਣ ਹੁੰਦੀ ਹੈ। ਲੇਕਿਨ ਜਦ ਸਾਡੇ ਅੰਦਰ ਪਿਆਰ ਜਾਗ ਪੈਂਦਾ ਹੈ, ਆਪਣੇ ਵਤਨ ਦੀ ਜਾਗ ਸਾਡੇ ਅੰਦਰ ਆ ਜਾਂਦੀ ਹੈ, ਤਾਂ ਅਸੀਂ ਫਿਰ ਗੁਰੂ ਮਤ ਦਾ ਜੋ ਰਸਤਾ ਹੈ ਉਹ ਅਪਣਾ ਲੈਂਦੇ ਹੈ। ਉਸ ਨੂੰ ਛੱਡਣ ਵਾਸਤੇ ਕਦੇ ਵੀ ਤਿਆਰ ਨਹੀਂ ਹੁੰਦੇ ਗੇ, ਚਾਹੇ ਸਾਰੀ ਦੁਨੀਆ ਇੱਕ ਪਾਸੇ ਹੋਵੇ, ਨਿੰਦਿਆ ਕਰੇ। ਬੜਾ ਬੜਾ ਮਹਾਤਮਾ ਨੂੰ ਕਸ਼ਟ ਦਿੱਤਾ, ਲੋਕਾਂ ਨੇ ਕੋਈ ਘੱਟ ਨਹੀਂ ਕੀਤੀ। ਤੁਸੀਂ ਗੁਰੂ ਗੋਬਿੰਦ ਸਿੰਘ ਦੀ ਮੈਂ ਮਿਸਾਲ ਦੇ ਕੇ ਹਟਿਆ ਸੀਗਾ, ਜਿਨ੍ਹਾਂ ਨੇ ਪਿਆਰ ਦਾ ਸੰਦੇਸ਼ ਦੁਨੀਆ ਨੂੰ ਦਿੱਤਾ, ਉਹਨਾਂ ਦੇ ਬੱਚੇ ਨੀਆਂ ਦੇ ਵਿੱਚ ਉਹਨਾਂ ਦੇ ਸਾਹਮਣੇ ਚਿਣ ਦਿੱਤੇ ਸਨ। ਔਰ ਖੁਦ ਵੀ ਗੁਰੂ ਗੋਬਿੰਦ ਸਿੰਘ ਦੇ ਨਾਲ ਇਹਨਾਂ ਲੋਕਾਂ ਨੇ ਸ਼ਰ੍ਹਾਂ ਦੇ ਕੈਦੀਆਂ ਨੇ ਘੱਟ ਨਹੀਂ ਕੀਤੀ ਸੀਗੀ। ਆਪ ਨੇ 3 ਮਹੀਨੇ ਬਸਤਰ ਹੀ ਨਹੀਂ ਲਾਏ ਸੀਗੇ। ਤੁਸੀਂ ਦੇਖ ਲਓ, ਅਗਰ ਆਪਾਂ 1 ਦਿਨ ਬਸਤਰ ਨਾ ਲਾਈਏ ਕੀ ਹਾਲਤ ਹੋ ਜਾਂਦੀ ਹੈ, 1 ਦਿਨ ਇਸ਼ਨਾਨ ਨਾ ਕਰੀਏ। ਉਹ ਤਾਂ ਮਾਲਕ ਦੇ ਪਿਆਰੇ ਸਾਨੂੰ ਇਸ ਦੁਖੀ ਦੁਨੀਆਂ ਚੋਂ ਕੱਢਣ ਵਾਸਤੇ ਆਉਂਦੇ ਹੈ, ਲੇਕਿਨ ਅਸੀਂ ਕੀ ਕਰਦੇ ਹਾਂ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਅਸੀਂ ਸੁਸਾਇਟੀਆਂ ਦੇ ਬੱਝੇ ਹੋਏ ਹੈ, ਜਿਸ ਤਰ੍ਹਾਂ ਭੇਡਾਂ ਦੇ ਵਾੜੇ ਨੂੰ ਅੱਗ ਲੱਗ ਜਾਵੇ ਔਰ ਲੋਕ ਉਹਨਾਂ ਤੇ ਤਰਸ ਖਾ ਕੇ ਭੇਡਾਂ ਨੂੰ ਬਾਹਰ ਕੱਢਦੇ ਆ ਕਿ ਬਚ ਜਾਣ, ਲੇਕਿਨ ਉਹ ਸੁਸਾਇਟੀ ਦੀਆਂ ਬੱਝੀਆਂ ਹੋਈਆਂ ਉਸੇ ਅੱਗ ਦੇ ਵਿੱਚ ਜਾ ਕੇ ਰਾਖ ਹੋ ਜਾਂਦੀਆਂ ਹੈ। ਇਹੀ ਹਾਲਤ ਸਾਡੀ ਹੈ। ਸੰਤ ਮਹਾਤਮਾ ਸਾਡੇ ਉੱਤੇ ਦਇਆ ਕਰਕੇ ਨਾਮ ਦਾਨ ਬਖਸ਼ਦੇ ਹੈ, ਪ੍ਰਭੂ ਭਗਤੀ ਕਰਵਾਉਂਦੇ ਹੈ, ਭਗਤੀ ਦਾ ਭੇਦ ਦੱਸਦੇ ਹੈ, ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ ਇਹ ਠੀਕ ਨਹੀਂ ਗਾ, ਇਸ ਕਰਾਹੇ ਪਾਉਂਦੇ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਆ ਪੰਡਿਤ ਭੇਖ ਪੇਟ ਕੇ ਮਾਰੇ ਵੇ ਸੰਤਨ ਪਰ ਕਰਤੇ ਤਾਨ, ਹਿਤ ਕਰ ਸੰਤ ਉਹਨੇ ਸਮਝਾਵੇ ਵੇ ਮਾਨੀ ਨੇ ਮਾਨੇ ਆਨ। ਮਹਾਤਮਾ ਉਹਨਾਂ ਨੂੰ ਵੀ ਦਇਆ ਕਰਕੇ ਸਮਝਾਉਂਦੇ ਹੈ, ਕਿਉਂ ਉਹ ਲੋਕ ਚਿੱਕੜ ਸਿੱਟਦੇ ਹੈ। ਬੜੀ ਸੋਚ ਵਿਚਾਰ ਦੀ ਗੱਲ ਹੈ, ਜਦ ਸੰਤ ਮਹਾਤਮਾ ਆਉਂਦੇ ਹੈ ਸ਼ਬਦ ਨਾਮ ਦਾ ਹੋਕਾ ਦਿੰਦੇ ਹੈ, ਉਹਨਾਂ ਲੋਕਾਂ ਦੇ ਰੁਜ਼ਗਾਰ ਦੇ ਵਿੱਚ ਫਰਕ ਪੈ ਜਾਂਦਾ ਹੈ, ਇਸ ਵਾਸਤੇ ਉਹ ਜਹਾਦ ਖੜਾ ਕਰ ਦਿੰਦੇ ਹੈ। ਸੋ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ, ਜਦ ਅਸੀਂ ਇਹ ਸਾਰੇ ਕਹਿੰਦੇ ਹਾਂ ਪਰਮਾਤਮਾ ਇੱਕ ਹੈ, ਪਰਮਾਤਮਾ ਦੇ ਮਿਲਣ ਦਾ ਰਸਤਾ ਇੱਕ ਹੈ, ਉਹ ਇਹ ਸਰੀਰ ਦੇ ਅੰਦਰ ਹੈ, ਤਾਂ ਫਿਰ ਕਿਸੇ ਨਾਲ ਦੁਸ਼ਮਣੀ ਕੀ ਹੈ, ਕਿਸੇ ਨੂੰ ਭੈੜਾ ਅਸੀਂ ਕੀ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੋ ਮਾਹੇ, ਗੁਰਮੁਖ ਇੱਕ ਪਛਾਣਿਆ ਇੱਕੋ ਮਾਹੇ ਸਮਾਹੇ। ਗੁਰਮੁਖਾਂ ਨੇ ਇੱਕ ਪਰਮਾਤਮਾ ਨੂੰ ਆਪਦੇ ਅੰਦਰ ਪ੍ਰਗਟ ਕੀਤਾ ਹੈ, ਉਸੇ ਪਰਮਾਤਮਾ ਦਾ ਉਹ ਸੰਦੇਸ਼ ਦਿੰਦੇ ਹੈ। ਅਸੀਂ ਬੁਰਾ ਭਲਾ ਉਹਨਾਂ ਚਿਕਰ ਹੀ ਕਹਿੰਦੇ ਹਾਂ ਜਿੰਨਾ ਚਿਕਰ ਉਸ ਪਰਮਾਤਮਾ ਤੋਂ ਅਸੀਂ ਦੂਰ ਹੈ, ਜਿੰਨਾ ਚਿਕਰ ਉਸ ਪਰਮਾਤਮਾ ਤੋਂ ਹੀ ਵਿਛੜੇ ਹੋਏ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਕਿਹੜੀ ਚੀਜ਼ ਕੀਮਤੀ ਚੀਜ਼ ਨੂੰ ਖੋਜਣਾ ਹੈ, ਗੁਰੂ ਨੂੰ ਖੋਜਣਾ ਹੈ। ਗੁਰੂ ਉਹ ਹੀਰਾ ਹੈ ਕਿ ਜਿਸ ਦਾ ਅਸੀਂ ਕਿਸੇ ਵੀ ਲਫ਼ਜ਼ ਨਾਲ ਧੰਨਵਾਦ ਨਹੀਂ ਕਰ ਸਕਦੇ ਗੇ ਔਰ ਉਸ ਦਾ ਅਸੀਂ ਸ਼ੁਕਰੀਆ ਨਹੀਂ ਕਰ ਸਕਦੇ ਗੇ। ਕੀ ਸ਼ੁਕਰੀਆ ਅਸੀਂ ਕਰਾਂਗੇ? ਭਗਤ ਨਾਮਦੇਵ ਜੀ ਕਹਿੰਦੇ ਹੈ ਅਗਰ ਮੈਂ ਤੈਨੂੰ ਧਨ ਦੌਲਤ ਦੇਵਾਂ, ਤੇਰੇ ਕੋਲ ਨਾਮ ਦਾ ਅਖੁੱਟ ਧਨ ਹੈ, ਮੈਂ ਕਿਹੜੀ ਚੀਜ਼ ਤੇਰੇ ਅਰਪਣ ਕਰਾਂ? ਸਭ ਤੇਰੀ ਦਿੱਤੀ ਹੋਈ ਹੈ, ਤੂੰ ਹੀ ਦੇ ਰਿਹਾ ਹੈ, ਇਸ ਵਾਸਤੇ ਮੈਂ ਤਨ ਔਰ ਮਨ ਇਹ ਚੜਾ ਦਿੰਦਾ ਹੈ, ਇਦੋਂ ਵੱਧ ਹੋਰ ਕੀ ਹੋ ਸਕਦਾ ਹੈ। ਮਹਾਰਾਜ ਸਾਵਣ ਸਿੰਘ ਸਤਸੰਗ ਕਰ ਰਹੇ ਸੀਗੇ, ਮਸਤਾਨਾ ਬਲੋਚਿਸਤਾਨੀ ਕਹਿਣ ਲੱਗਿਆ ਕਿ ਜਿਸ ਨੂੰ ਸ਼ਬਦ ਦਾ ਰਸ ਆ ਜਾਵੇ, ਲੱਜਤ ਆ ਜਾਵੇ, ਉਹ ਗੁਰੂ ਉੱਤੋਂ ਕੀ ਵਾਰੇ? ਉਹ ਕਹਿਣ ਲੱਗੇ ਉਹ ਮਨ ਵਾਰ ਦੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਔਰਤ ਪਤੀ ਨੂੰ ਤਨ ਦੇ ਦਿੰਦੀ ਹੈ, ਮਰਦ ਵੀ ਔਰਤ ਨੂੰ ਤਨ ਦੇ ਦਿੰਦਾ ਹੈ, ਲੇਕਿਨ ਮਨ ਕੋਈ ਵੀ ਅਰਪਦਾ ਨਹੀਂ ਗਾ। ਹੁਣ ਜਿਸਨੇ ਮਨ ਦੇ ਦਿੱਤਾ ਉਸਨੇ ਪਿੱਛੇ ਕੀ ਰੱਖਿਆ ਹੈ? ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਸੰਸਾਰ ਵਿੱਚ ਅਗਰ ਕੋਈ ਕੀਮਤੀ ਚੀਜ਼ ਹੈ ਖੋਜਣ ਵਾਲੀ ਤਾਂ ਉਹ ਗੁਰੂ ਨੂੰ, ਗੁਰੂ ਦੀ ਖੋਜ ਹੈ ਜੀ। ਪਹਿਚਾਨ ਪਰਮਾਰਥੀ ਕੀ ਸ਼ਬਦ ਚੌਥਾ, ਸਤਿਗੁਰ ਖੋਜੋਰੀ ਪਿਆਰੀ, ਜਾਗਤ ਮੇਂ ਦੁਰਲਭ ਰਤਨ ਯਹੀ, ਸਤਿਗੁਰ ਖੋਜੋਰੀ ਪਿਆਰੀ, ਜਾਗਤ ਮੇਂ ਦੁਰਲਭ ਰਤਨ ਯਹੀ, ਜਿਨ ਪਰ ਮਿਹਰ ਦਇਆ ਸਤਿਗੁਰ ਕੀ, ਉਨਕੋ ਦਰਸ ਦਈ।
महाराज कृपाल कहिंदे हुंदे सीगे कि इंसान का बनना मुश्किल है, भगवान का मिलना मुश्किल नहीं हुंदा गा, क्योंकि वह प्योर है। उतना ही प्योर होने की सानू जरूरत है। गुरु नानक साहब भी कहिंदे है बेशक वह परमात्मा उच्चा है, लेकिन सच्चा सुचा जीवन उदों भी उच्चा हुंदा है। इस वास्ते आप कहिंदे जिन्हां दे उपर दया आदि करता दी हुंदी है, जब तुसी सच्चे सुचे उसकी तड़फ विच बैठ जाओगे, वो तुहानू खुद ही घरे आके मिल लेगा। मैं दसदा हुंदा कि किस तरह महाराज सावन सिंह की हिस्ट्री विच आउंदा है कि 22 साल उन्होंने खोज की, बहुत सारे सभा सुसाइटियां दे अंदर गए, बड़े सारे साधु महात्मा नू मिले। जब उस परमात्मा ने देखिया कि मेरी खोज विच कोई आत्मा तड़फ रही है, तो बाबा जैमल सिंह जी वो मरी दे पहाड़ दे उत्ते उन्होंने खुद ही जाके मिले। जिहड़ा उन्हां दा साथी सी बीबी रुको, उस नू बाबा जी कहण लगे कि असीं इस सरदार दी खातर आए हैं। वो कहण लगी कि इन्होंने तो तुहानू सत श्री अकाल भी नहीं बोली। वो कहण लगे इस नू की पता है, अज तो चौथे दिन नू अपने सत्संग दे विच आ जाएगा। वाकई ऐसा ही होया कि सत्संग दे विच गए। आप कहिंदे हुंदे सी अपने सत्संग दे अंदर कि 22 सालां दे जिहड़े शक शकूक सन, जब बाबा जी का एक एक लवे सुनिया वह सारे रफू हो गए। इस तरह बचपने तो महाराज कृपाल उस परमात्मा की खोज विच सन, बिरे और तड़फ दे विच सन। तो महाराज सावण सिंह 7 साल उन्हां दे अंदर पहला ही आउण लग गए सन, हालांकि दर्शन उस तो बाद होए सन। जब उन्हां दे दर्शन होए किस तरह से, वह कहिंदे हुंदे कि सानू दरियावां का बड़ा शौक हुंदा सीगा और सारे दरियावां की सैर की। दिल दे विच ख्याल आया कि अज ब्यास दरिया की सैर भी करिए। जब ब्यास दरिया के उत्ते उस स्टेशन के उत्ते उतरे, उतों के स्टेशन मास्टर नूं पुछया कि दरिया नूं कहड़ी डंडी जांदी है। उस संगी सी महाराज सावण सिंह का, वह कहण लग्या कि तुसीं संतां नूं मिलना है। वह कहण लग्या कि संत इत्थे रहिंदे है। दिल च ख्याल आया कि एक पंथ दो काज, वे चलो दरिया की सैर भी हो जाएगी, संतां नूं भी मिल लवांगे। जब अगे गए महाराज सावण सिंह नूं देखिया, ख्याल आया कि यह तो उही महात्मा है जिहड़ा 7 साल तो मेरे अंदर आ रहा है। वह कहण लगे कि इन्नी देर क्यों लाई। वह कहण लगे आह ही वक्त जिहड़ा सी मालक की तरफों मुकर्र सी। इसे तरह मैं बहुत सारे कर्मकांड किए, धूनिया वगैरह तपाइया, होर बहुत सारे बड़े बड़े मठा के अंदर मैं गया, जो हिंदुस्तान के अंदर मशहूर मठ हैं, सब दे कोले मैं गया, सब दे नूं श्रद्धा दे नाल मिलिया, प्यार नाल पुछ कीती कि मैं इस चीज़ की तलाश दे विच हैं। बाबा बिशन दास ने मैनू 2 शब्द का भेद दिता होया है, निरा भेद ही नहीं बल्कि प्रैक्टिकल है। जब मैं ये गल दसदा सीगा तो जो मठा के संचालक सन वह सब चुप हो जाते सन, क्योंकि जब पूरा शिश आउंदा है तो पखंडी गुरु जिहड़ा है वह खुद ही भजदा है। उन्हें पता है कि हुण मेरा जिहड़ा पढ़दा है वह चुकिया जाएगा, क्योंकि कुछ ना कुछ मंग रहा है। इस वास्ते जब तसल्ली ना होई बैठ गए, मैं 17-18 साल जमीन के अंदर बैठ के अभ्यास किया, पकार की कि अगर कोई इस वेले किसी थां वो किसी बाडी के अंदर किसी पोल दे विच वो कम ताकत करती है कि मेरे वास्ते उम्मीद है कोई मिलन दी। वो दयालु कृपाल नूं दिल्ली के अंदर दया उठी, हालांकि मैं उहदे किसी सेवक नूं कदे नहीं मिलिया सी, मैं उहनूं जानदा नहीं सी। वो खुद ही गया, उन्हें आपदा बंदा भेजिया, प्रेमी भेजिया कि महाराज जी तुहानूं मिलना चाहुंदे है। मैं खुद दा डड्डू नहीं सीगा कि मैं इस संत नूं मिलना उसनूं नहीं मिलना। मैं हमेशा ही संतां नूं मिलके खुश हुंदा सीगा, दिल दे विच इज्जत हुंदी सीगी। मैं कहा बई महाराज आउण, संत आउण, मैं मिलके बड़ा खुश होऊंगा। महाराज जी गए, मैं उन्हां ते कोई सवाल नहीं किया, बल्कि प्यार दे नाल कहा कि मैनूं पता नहीं, मेरा दिल दिमाग खाली है, तुहानूं की कहां। वो कहण लगे मेरे पास बहुत आउंदे है, राजे आउंदे है, बड़े बड़े राष्ट्रपतियां तक भी आउंदे है, लेकिन मैं खाली दिमाग दिल देख के तेरे पास आया है। एक सच्चाई है कि उन्हां दी याद दे अंदर बहुत बड़ा सारा एक आश्रम बनाया सी। महाराज सावण सिंह कहिंदे हुंदे कि गुरु छड़दा भी कख नहीं, लैंदा भी कख नहीं गा।
सब कुछ देख के खुश होए, मकान देखा, जायदाद देखी, आखिर कहन लगे भाई मैं तेनू प्यार ना सलाह दिना है, इस नू तू छड़ जा, 16 PS दे विच चलिया जा। हुण तुसी देख लो कि इट इट करके थोड़ा जिंदगी दा बहुत सारा समान कट्ठा कीता होवे, जिस नू तुसी कदे ना मिले हो वह थानू आके कहीं छड़ दे। बड़ा मुश्किल है, गल कर लेनी बड़ी आसान हुंदी है, मन दे विच गिरगिराहट आई, दिल दे विच ख्याल आया कि बड़े सालां दा इहदी याद विच बैठा है, हुण इह तां इहदी मर्जी है, तैनू दुख देवे सुख देवे, तेरा पर्दा कज्जे ना कज्जे, इह तां हुण इहदी मर्जी है। उत्थे चुप करके चले गए, कहण लगे जितने भी इह डंगर है लोकां दीआं लड़कियां दे विच तकसीम कर दे, इत्थे कोई भी समान नहीं चुकना। इस वास्ते जब साडे उच्चे भाग हुंदे है, अगर साडे दिल अंदर सच्ची तड़फ है, वह घरे आके ही मिल लेंदा है, उन्हूं टोलण दी लोड़ नहीं, वह आप ही आ जाता है, वह तो जगह पालदा फिरदा है परमात्मा। इस वास्ते आप प्यार दे नाल कहिंदे है कि जिन्हां दे उत्ते दया है आदि करता भगवान की, उन्होंने वह जरूर आके दर्शन दिंदा है, उन्हें जरूर तड़फ बजाउंदा है, उन्हां दी आत्मा नूं जरूर शांति दिंदा है जी। जिन पर मेहर दया सतगुर की, उनको दर्श दए, दर्श पाए सतलोक सिधारी, सतनाम पद कीन सए। हुण आप कहिंदे आ उहनां दे दर्शन दा की फायदा होया, उहनां दे मिलाप दा की फायदा होया, उह साडा इष्ट जिहड़ा है उह सतनाम दा सचखंड दा बंदे है। इस वास्ते आप कहिंदे जो उहनां ने जुगती दसी, असीं मन माया तों आजाद हो के, विशे बकारां तों आजाद हो के और अपने घर वापस पहुंच गए जी। दर्श पाए सत लोक सिधारी, सतनाम पद कीन सहे, सही नाम पाया सतगुर से, बिन सतगुर सब जीव बहे। हुण संतां महात्मा दी बाणियां दे अंदर सही नाम सच्चा नाम दा जगह जगह जिक्र आउंदा है, इसका मतलब कोई होर भी नाम है, सही नाम जिहड़ा है वह भी है। संत महात्मा सानू वह नाम दसदे है जिहड़ा सही है। यह सोचण विचार की गल है कि जितने साडे अल्लाह अल्लाह वाहगुरु वाहगुरु राम राम लफ्ज़ हैं, ये साडे सारे वर्णात्मक शब्द हैं, ये लिखण पढ़न बोलण विच आउंदे हैं। जो सही नाम है वह बिना लिखिया शब्द है, बिना बोली भाषा है, बिना लिखिया कानून है, वह सब दे अंदर है। महाराज सावण सिंह नूं किसे आदमी ने पूछया कि जी तुहाडा नाम तां सानूं दसो वह की है, वह कहण लगे असीं हर एक दे अंदर रख दिंदे हैं, वह दसण वाली वस्तु नहीं। एक प्रेमी कहण लग्या जी जब तुसीं नाम दे रहे सीगे सिमरन नस रहे सीगे तो फलाना आदमी आके सुन गया तुहाडा सिमरन, वो कहण लगे अगर कुत्ता कपाह दे खेत विच लंघ जावे वह सूट नहीं बना सकदा गा, अगर झाड़ेगा तो खेत विच ही झाड़ेगा। वो कहिंदे उहदे नाम तवज्जो है संतां दी, जिस नूं सिमरन दिंदे है उन्ते बिठाउंदे आ, उहनां दी चार्जिंग उस दे पिछे कम करदी है। इस वास्ते आप प्यार दे नाल समझाउंदे है कि अल्लाह अल्लाह राम राम वाहिगुरु वाहिगुरु जितने भी इह शब्द हन इह वर्णात्मक हन, इह लिखण पढ़न बोलण विच आउंदे हन। इन्हां दी आपां हिस्टरी अगर खोजिए तो सानूं पता लगता है कोई 2000 साल पुराना है, कोई 500 साल पुराना है और कोई 1400 साल पुराना है। सानूं पता ही है कि मुहम्मद साहब नूं 1400 साल हो गए आया नूं, असीं उस परमात्मा नूं उन्हां तों बाद अल्लाह अल्लाह कहण लग पे। इसे तरह 3 युग रामचंद्र जी महाराज नूं हो गए, असीं उस परमात्मा नूं राम राम कहण लग पे। गुरु नानक देव जी महाराज नूं 500 साल हो गए है और असीं उस परमात्मा नूं वाहिगुरु वाहिगुरु कहने हैं। और इसे तरह स्वामी जी महाराज जिन्हां दी आपां बाणी पढ़ते हैं, इन्हां नूं 100 साल तो कुछ साल उपर होए है, असीं उस परमात्मा नूं राधा स्वामी दे नाल याद करते हैं।
ਇਹ ਤਾਂ ਸਾਡੇ ਲਿਖਣ ਪੜ੍ਹਨ ਬੋਲਣ ਵਿੱਚ ਆਉਂਦੇ ਹੈ। ਮਹਾਤਮਾ ਸਾਨੂੰ ਦੱਸਦੇ ਆ ਉਹ ਨਾਮ ਜਿਹੜਾ ਹੈ ਉਹ ਜਿਹੜਾ ਕਲਮਾ ਹੈ ਉਹ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆਉਂਦਾ ਗਾ। ਹਜ਼ਰਤ ਬਾਹੂ ਵੀ ਕਹਿੰਦਾ ਹੈ ਜਵਾਨੀ ਕਲਮਾ ਹਰ ਕੋਈ ਆਖੇ ਦਿਲ ਦਾ ਆਖ ਪੜ੍ਹਦਾ ਕੋਈ ਹੋ, ਜਿੱਥੇ ਕਲਮਾ ਦਿਲ ਦਾ ਪੜ੍ਹਦੇ ਉੱਥੇ ਜੇਬਾ ਮਿਲੇ ਨਾ ਢੋਈ ਹੋ। ਹੋਠ ਨਾ ਫਰਕਣ ਜਵਾਨ ਨਾ ਹਿੱਲੇ ਖਾਸ਼ ਨਵਾਜੀ ਸੋਈ ਹੋ, ਕਲਮਾ ਮੁਰਸ਼ਿਦ ਪੜ੍ਹਾਇਆ ਮੈਨੂੰ ਮੈਂ ਸਦਾ ਸੁਹਾਗਣ ਹੋਈ ਹੋ। ਉਹ ਕਹਿਣ ਲੱਗੇ ਉਹ ਕਲਮਾ ਗੁਰੂ ਤੋਂ ਮਿਲਦਾ ਹੈ, ਹੋਠ ਫਰਕਦੇ ਨੀ, ਜਵਾਨ ਹਿਲਦੀ ਨੀ, ਅੱਖਾਂ ਜਿਹੜੀਆਂ ਹੈ ਜਿੱਥੇ ਹੈ ਉੱਥੇ ਟਿਕਟਿਕੀ ਲੱਗੀ ਰਹਿ ਜਾਂਦੀ ਹੈ। ਇਸ ਵਾਸਤੇ ਆਪ ਇਹ ਸੋਚਦੇ ਹੈ ਕਿ ਪਤਾ ਨਹੀਂ ਹੁਣ ਜਿਸਮ ਹੈ ਜਾਂ ਨਹੀਂ ਹੈ। ਉਹ ਪ੍ਰੇਮੀ ਦੇ ਅੰਦਰ ਪਰਮਾਤਮਾ ਜਿਹੜਾ ਹੈ ਉਹ ਜਾਗ ਪੈਂਦਾ ਹੈ, ਉਹ ਆਪਣੇ ਆਪ ਨੂੰ ਖਤਮ ਕਰ ਪੈਂਦਾ ਹੈ, ਉਹਦੇ ਅੰਦਰ ਫਿਰ ਪਰਮਾਤਮਾ ਹੀ ਬੋਲਦਾ ਹੈ ਕਿਉਂਕਿ ਆਪਣਾ ਆਪ ਤਾਂ ਉਸਨੇ ਖਤਮ ਕਰ ਦਿੱਤਾ, ਛੱਡ ਦਿੱਤਾ ਹੈ। ਆਪ ਛੋੜ ਗੁਰਮਾਹੇ ਸਮਾਵੇ, ਆਪਣੇ ਆਪ ਨੂੰ ਛੱਡ ਕੇ ਗੁਰੂ ਵਿੱਚ ਜਾ ਸਮਾਉਂਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ ਗੁਰੂ ਨੂੰ ਮਿਲਣ ਦਾ ਕੀ ਫਾਇਦਾ ਹੋਇਆ, ਉਸਨੇ ਸਾਨੂੰ ਉਹ ਨਾਮ ਦਿੱਤਾ ਜੋ ਸੱਚਖੰਡ ਤੋਂ ਉੱਠਦਾ ਹੈ ਔਰ ਸਾਡੇ ਮੱਥੇ ਦੇ ਪਿੱਛੇ ਧੁਨਕਾਰਾਂ ਦਿੰਦਾ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਬੀ ਬਾਣੀ ਤੁਰਕੇ ਬਾਣੀ ਸੱਚੀ ਬਾਣੀ ਕਰਕੇ ਬਿਆਨ ਕਰਦੇ ਹੈ। ਔਰ ਇਸੇ ਤਰ੍ਹਾਂ ਮੁਸਲਮਾਨ ਫਕੀਰ ਉਸ ਨੂੰ ਕਲਮਾ ਬਾਂਗੇ ਅਸਮਾਨੀ ਕਿ ਅਸਮਾਨ ਚੋਂ ਆਵਾਜ਼ ਆ ਰਹੀ ਹੈ, ਹਿੰਦੂ ਮਹਾਤਮਾ ਉਸ ਨੂੰ ਆਕਾਸ਼ ਬਾਣੀ ਰਾਮ ਨਾਮ ਰਾਮ ਧੁਨ ਕਰਕੇ ਬਿਆਨ ਕਰਦੇ ਹੈ। ਸੋ ਮਹਾਤਮਾ ਦਾ ਲਫ਼ਜ਼ਾਂ ਦੇ ਨਾਲ ਕੋਈ ਵੀ ਬਹਿਸ ਮਾਸਾ ਨਹੀਂ, ਮਹਾਤਮਾ ਕਰਦੇ ਗਏ ਉਹ ਤਾਂ ਸਾਨੂੰ ਅਸਲੀਅਤ ਸਮਝਾਉਂਦੇ ਆ ਕਿ ਮੁਕਤੀ ਜੋ ਹੈ ਉਹ ਸ਼ਬਦ ਨਾਮ ਦੇ ਵਿੱਚ ਹੈ ਔਰ ਉਹ ਸ਼ਬਦ ਲਿਖਣ ਪੜ੍ਹਨ ਬੋਲਣ ਵਾਲਾ ਨਹੀਂ ਗਾ, ਉਹ ਤਾਂ ਪਰਮਾਤਮਾ ਦੀ ਆਵਾਜ਼ ਹੈ ਜੋ ਸਾਡੇ ਸਭ ਦੇ ਅੰਦਰ ਹੀ ਪਰਮਾਤਮਾ ਨੇ ਰੱਖੀ ਹੋਈ ਹੈ। ਉਹ ਪਰਮਾਤਮਾ ਜੋਤ ਰੂਪ ਨਾਦ ਰੂਪ ਹੋ ਕੇ ਹਰ ਇੱਕ ਦੇ ਅੰਦਰ ਵਿਰਾਜਮਾਨ ਹੈ, ਜਿਸ ਦਾ ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਹੈ ਅੰਤਰ ਜੋਤ ਨਿਰੰਤਰ ਬਾਣੀ। ਤੁਹਾਡੇ ਸਭ ਦੇ ਅੰਦਰ ਇੱਥੇ ਜੋਤ ਜਗ ਰਹੀ ਹੈ ਔਰ ਉਹ ਜੋਤ ਦੇ ਅੰਦਰ ਆਵਾਜ਼ ਪੈਦਾ ਹੋ ਰਹੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਬਾਣੀ ਕਰਕੇ ਬਿਆਨ ਕਰਦੇ ਹੈ। ਉਸੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਹੜੀ ਇਸ ਬਾਣੀ ਦੇ ਉੱਪਰ ਬਾਣੀ ਹੈ, ਕਿਉਂਕਿ ਇਹ ਬਾਣੀ ਜਿਹੜੀ ਹੈ ਜਿਸ ਨੂੰ ਆਪਾਂ ਪੜ੍ਹਨ ਲੱਗੇ ਪਏ ਹੈ ਇਹ ਬਾਣੀ ਉਸ ਬਾਣੀ ਦੀ ਦੱਸ ਪਾਉਂਦੀ ਹੈ, ਉਸ ਬਾਣੀ ਨੂੰ ਪੜ੍ਹਨ ਦਾ ਪਕੜਨ ਦਾ ਆਪਣੇ ਅੰਦਰ ਸ਼ੌਕ ਪੈਦਾ ਕਰਦੀ ਹੈ। ਉਹ ਬਾਣੀ ਸਾਡੀ ਮੰਜ਼ਿਲ ਹੈ, ਇਹ ਸਾਡੀ ਛੜਕ ਹੈ ਕਿ ਇਸ ਬਾਣੀ ਨੂੰ ਅਸੀਂ ਸੋਚ ਸਮਝ ਕੇ ਪੜ੍ਹ ਕੇ ਹੀ ਉਸ ਬਾਣੀ ਨੂੰ ਅਸੀਂ ਜਾ ਕੇ ਫੜ ਸਕਦੇ ਹਾਂ। ਉਹ ਬਾਣੀ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆਉਂਦੀ ਗੀ। ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਲਿਖਿਆ ਹੈ ਘੱਟ ਅੰਤਰੇ ਸੱਚੀ ਬਾਣੀ, ਉਹ ਤੁਹਾਡੇ ਸਾਰਿਆਂ ਦੇ ਘੱਟ ਦੇ ਅੰਦਰ ਸਮਾਈ ਹੋਈ ਹੈ। ਇਸ ਵਾਸਤੇ ਆਪ ਕਹਿੰਦੇ ਪੂਰੇ ਗੁਰ ਕੀ ਬਾਣੀ ਸਭ ਮਹਿ ਸਮਾਣੀ, ਆਪ ਸੁਣੀ ਤਾਂ ਆਪ ਵਖਾਣੀ। ਉਹ ਬਾਣੀ ਦਾ ਜਿਹੜੇ ਮਹਾਤਮਾ ਜ਼ਿਕਰ ਕਰਦੇ ਹੈ ਉਹ ਖੁਦ ਉਸ ਬਾਣੀ ਨੂੰ ਦਿਨ ਰਾਤ ਸੁਣ ਲੱਗੇ ਪਏ ਹੈ ਔਰ ਸਾਨੂੰ ਵੀ ਉਸ ਬਾਣੀ ਨੂੰ ਸੁਣਨ ਵਾਸਤੇ ਉਪਦੇਸ਼ ਕਰਦੇ ਹੈ। ਉਸ ਨੂੰ ਕਿਸੇ ਮਹਾਤਮਾ ਨੇ ਸ਼ਬਦ ਕਹਿਤਾ, ਕਿਸੇ ਨੇ ਨਾਮ ਕਹਿਤਾ, ਕਿਸੇ ਨੇ ਰੱਬੀ ਬਾਣੀ ਜਾਂ ਕਲਮਾ ਕਹਿ ਦਿੱਤਾ। ਇਸ ਵਾਸਤੇ ਸਵਾਲ ਤਾਂ ਉਸ ਚੀਜ਼ ਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕੋਈ ਲੱਠ ਕਹਿ ਦਿੰਦਾ ਹੈ, ਕੋਈ ਡੰਡਾ ਕਹਿ ਦਿੰਦਾ ਹੈ, ਚੀਜ਼ ਕੋਈ ਹੈ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਆ ਗੁਰੂ ਦੇ ਮਿਲਣ ਦਾ ਇਹ ਫਾਇਦਾ ਹੋਇਆ, ਸਾਨੂੰ ਉਹ ਨਾਮ ਮਿਲ ਗਿਆ ਜਿਹਦੇ ਨਾਲ ਅਸੀਂ ਮਾਲਕ ਦੇ ਦਰਬਾਰ ਪਹੁੰਚ ਜਾਂਦੇ ਹੈ ਜੀ। ਸਹੀ ਨਾਮ ਪਾਇਆ ਸਤਿਗੁਰ ਸੇ, ਬਿਨ ਸਤਿਗੁਰ ਸਭ ਜੀਵ ਬਏ, ਜੀਵ ਪੜੇ ਚੌਰਾਸੀ ਪਰਮੇ, ਖਾਨ ਪਾਨ ਮਦ ਮਾਨ ਲਏ। ਹੁਣ ਸਵਾਮੀ ਜੀ ਮਹਾਰਾਜ ਪਹਿਲਾਂ ਸਾਨੂੰ ਗੁਰੂ ਦੇ ਮੁਤਲਕ ਗੁਰੂ ਮਤ ਦੇ ਮੁਤਲਕ ਸਮਝਾਇਆ ਹੈ। ਹੁਣ ਜੋ ਕੰਮ ਅਸੀਂ ਜੀਵ ਕਰਦੇ ਹੈ ਔਰ 84 ਦੇ ਵਿੱਚ ਚਲੇ ਜਾਂਦੇ ਹੈ ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਹੈ ਕਿ ਅਸੀਂ 84 ਦੇ ਵਿੱਚ ਕਿਉਂ ਜਾਂਦੇ ਹੈ। ਜਾਂ ਤਾਂ ਅਸੀਂ ਅੱਛੇ ਅੱਛੇ ਖਾਣਿਆਂ ਤੇ ਜਾਂਦੇ ਹੈ, ਇੱਥੋਂ ਤੱਕ ਕਿ ਸ਼ਾਕਾਹਾਰੀ ਖਾਣਾ ਖਾਣੋ ਹੀ ਹਟ ਜਾਂਦੇ ਹੈ, ਕਿਸ ਤਰ੍ਹਾਂ ਦੂਸਰੇ ਦਾ ਗਲਾ ਕੱਟ ਕੇ ਆਪਣੀ ਪੂਰਤੀ ਕਰਦੇ ਹੈ। ਸਾਨੂੰ ਪਤਾ ਹੈ ਜਿਸ ਦਾ ਅਸੀਂ ਗਲਾ ਕੱਟਾਂਗੇ ਉਹ ਸਾਡਾ ਜ਼ਰੂਰ ਕੱਟੇਗਾ। ਕਬੀਰ ਸਾਹਿਬ ਕਹਿੰਦੇ ਹੈ ਕੋਈ ਮੂਰਖ ਹੀ ਹੈ ਜਿਹੜਾ ਜੀਵ ਦੇ ਮਗਰ ਲੱਗ ਕੇ ਆਪਣਾ ਗਲਾ ਫੇਰ ਕਟਾਏਗਾ। ਮਹਾਤਮਾ ਸਾਨੂੰ ਦੱਸਦੇ ਆ ਅਗਰ ਮਾਸ ਖਾਣਾ ਹੈ ਸ਼ੁਰੀ ਪਾਸ ਰੱਖੋ, ਆਪਣਾ ਜਿਸਮ ਕੱਟ ਕੇ ਦੇਖੋ, ਅਗਰ ਤੁਹਾਡੇ ਦਰਦ ਹੁੰਦਾ ਹੈ ਤਾਂ ਉਸਦੇ ਵੀ ਜ਼ਰੂਰ ਦਰਦ ਹੁੰਦਾ ਹੋਏਗਾ।
भाई गुरदास जी कहते हैं कि बकरी जिहड़ी है वह अक ढक पत्त पराल खांदी है, असी उसकी पुठी करके खल ला दिंदे हैं। जब अक ढक पत्त पराल खाण वाली दी काल दी नगरी विच पुठी करके खल लाई जांदी है तो बकरी कहती है जिहड़े मैनू खाणगे उन्हां दा की हाल होएगा। हस हस बोले कोही दी खांदे अक हाले होया, वह हस हस के बोलती है वेख किसी अक खादा साडी हालत होई है, जिहड़े सानू खाणगे उन्हां दी की हालत होएगी। तो स्वामी जी महाराज कहते हैं ऐसे कर्म जिहड़े जीव करते हैं खान पान मदमान लई शराब पिछे कि खाना हजम नहीं हुंदा गा, शराब पीए फिर ठीक होएगा, दुनिया की गमी भुली जाती है। गुरु नानक दे पास बाबर बादशाह आया, बाबर नू आदत सी शराब पींदा सी भंग पींदा सीगा, और जब उन्होंने वह पेश भंग करन लग्या तो गुरु नानक साहब कहन लगे देख भी बाबर पोस फीम अपंग उतर जाए प्रपात, ये सारे नशे आरजी हैं, दो चार घंटिया इन्हों का नशा टुट जाता है। नाम खुमारी नानका चढ़ी रहे दिन रात, सानू उस अकाल पुरख गुरु ने नाम की खुमारी बख्शी है, ना वो दिने उतरती है ना रात में उतरती है, और क्यों ना चंगा होवे तेनू भी असं यही कहने तू भी नाम की मस्ती नू हासिल कर, तेरा भी उस विच फायदा है। इस वास्ते आप कहते हैं असि आम तौर देते लोग मान वड्याई दे नंबरदारी दे भुखे हुंदे हैं, जिथे साडी वाह 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 हुंदी है, लोग साडा जलूस कढ़दे हैं, फुल्लां दे हार गलां विच पाउंदे हैं, असि उत्थे वल फेर करके भी चले जाने हैं, मूहरे गल कर दिंदे हैं कि साडे हार गल विच पाओ, और महात्मा दे दरबार विच असि क्यों नहीं जांदे गे। बड़ी सोचण वाली गल हुंदी है क्योंकि संतां महात्मा दी तां नज़र जिहड़ी है वह आत्मा दे उपर हुंदी है, उन्हां दी नज़र इक दे विच अमीर भी उहो जिहा गरीब भी उहो जिहा है, उन्होंने पढ़िया लिखिया भी यह अनपढ़ भी यह उन्हों की जिनी एक मर्द की इज्जत आ उन्नी एक औरत की उन्होंने दिल में इज्जत है, क्योंकि उन्हों की नज़र आत्मा के उपर हुंदी है। इस वास्ते जो साडा आदर मान नहीं करते गे असी उत्थे जाना छड़ दिंदे हैं। इस वास्ते स्वामी जी महाराज कहते हैं कि असी 84 दे विच क्यों जाने हैं, सिर्फ खान पान मदमान लई जी। जीव पड़े 84 पर में खान पान मद मान ले मान मनी का रोग पसरिया बड़े बने जिन मार सहे। हुण आप प्यार दे नाल समझाउंदे आ कि इस मंडल दे उत्ते जीवां नूं एक किस्म दा रोग लग्या होया है मान नूं प्राप्त करन दा। ओह कहिंदे तुसीं अखां दे नाल देख लो, असीं रोज़ ही रेडियो सुणदे हैं किस तरह दीआं घटनां वापरदीआं है, अज लोग साडा जलूस कढ़दे है, फुल्लां दे हार पाउंदे है, साडीआं पिक्चरां जिहड़ीआं है ओह अखबारां दे विच छापदे है, मन साडा फुल्लिआ नहीं समाउंदा कि साडे अंदर कोई गुण है जिहड़ा साडा इतना आदर और मान हुंदा है, जब दूसरे किसी पार्टी का जोर पै जाता है उही लोग अखबारों के अंदर बेइज्जती करना शुरू कर देंगे है, उही जिथे फुलां दे हार पैंदे है छित्रां दा हार पाउणा शुरू कर देंगे है, और जगह जगह जाके पंडी प्रचार करना शुरू कर देंगे है। इस वास्ते दुनिया जिहड़ी है ना तो मान देने लगी ये कोई चिर लाउंदी है, ना मान वड्याई नूं खोण लगी कोई चिर लाउंदी है। सो संत महात्मा प्यारे उस परमात्मा दे आके उन्हां नूं ये रोग नहीं लग्या हुंदा गा। साडे सतगुरु महाराज जी कृपाल जिस वेले गंगानगर गए उस टाइम दे उत्ते क्योंकि मेरा उत्थे अच्छा लोकां दे नाल मेल जोल सीगा, सब नूं पता लग्या अफसरां नूं कि संत जी का गुरु आया है आपां भी चलीए आदर मान करिए, वो कुछ लोग हार लैके आए। महाराज जी उठे अपनी कुर्सी दे उत्तों, उन्हां ने उन्हां दा फुल तोड़ के उन्हां दे उत्ते फुल सिट दित्ते, उन्हां तो हार फड़ के उन्हां दे गल विच पा दित्ते, कहण लगे देखो बई तुसीं मेरा आदर करन आए हो ना मान करन आए हो ते मेरा भी फर्ज बनता है कि मैं तुहाडा आदर मान करा, क्योंकि संत महात्मा इत्थों दे मान वड्याई नूं कौड़ी ते खरीदण वास्ते भी तैयार नहीं हुंदे गे। उन्हां नूं पता है गुरु नानक साहब कहिंदे लोगन की वड्याईआं बस संतर जालो,
ਉਹ ਕਹਿੰਦੇ ਕਿ ਇਸ ਦੀਆਂ ਵਡਿਆਈਆਂ ਜਿਹੜੀਆਂ ਦੁਨੀਆਦਾਰਾਂ ਦੀਆਂ ਹੈ ਇਹਨਾਂ ਨੂੰ ਅੱਗ ਦੇ ਵਿੱਚ ਫੇਂਕ ਦਿਓ, ਇਹਨਾਂ ਨੇ ਤੁਹਾਡੇ ਨਾਲ ਨਹੀਂ ਜਾਣਾ। ਬਲਕਿ ਜਦੋਂ ਸਾਡੀਆਂ ਲੋਕ ਵਾਹ 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 ਕਰਦੇ ਆ, ਮਨ ਅੰਦਰ ਹੰਕਾਰ ਆ ਜਾਂਦਾ ਹੈ, ਹੰਕਾਰਿਆ ਸੋ ਮਾਰਿਆ। ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਬੜੇ ਬੜੇ ਧਨਮਾਰ ਸਹੀ ਜੋ ਆਦਮੀ ਅਸੀਂ ਦੇਖੀ ਜਾਂਦੇ ਹਕੂਮਤਾਂ ਦੀ ਕੀ ਹਾਲਤ ਹੁੰਦੀ ਹੈ, ਕਿਸ ਤਰ੍ਹਾਂ ਦੂਸਰੀ ਪਾਰਟੀ ਦਾ ਜ਼ੋਰ ਪੈ ਜਾਂਦਾ ਹੈ, ਉਹਨਾਂ ਵਿਚਾਰਿਆਂ ਨੂੰ ਗੋਲੀਆਂ ਦੇ ਨਿਸ਼ਾਨਾ ਤੱਕ ਵੀ ਬਣਨਾ ਪੈਂਦਾ ਹੈ। ਕਿਉਂ ਬਈ? ਕਿ ਉਹ ਰੋਗ ਲੱਗਿਆ ਸੀਗਾ, ਆਖਿਰ ਉਹਨਾਂ ਨੇ ਰੋਗ ਨੇ ਉਹਨਾਂ ਦੀ ਜਾਨ ਲੈ ਲਈ। ਸੋ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਇਹ ਸਾਡਾ ਇਸ ਮੰਡਲ ਦਾ ਰੋਗ ਹੈ, ਔਰ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਨਾ ਤਾਂ ਇੱਥੋਂ ਦੀ ਨਿੰਦਿਆ ਨਾਲ ਜਾਣੀ ਹੈ, ਨਾ ਇੱਥੋਂ ਦੀ ਵਡਿਆਈ ਨਾਲ ਜਾਣੀ ਹੈ। ਵਡਿਆਈ ਉਸ ਪਰਮਾਤਮਾ ਦੀ ਹਾਸਲ ਕਰੋ ਜਿਹੜਾ ਤੁਹਾਨੂੰ ਦੇ ਕੇ ਮੁੜ ਕੇ ਖੋਵੇ ਨਾ ਜੀ। ਮਨ ਮਨੀ ਕਾਰੋਗ ਪਸਰਿਆ, ਬੜੇ ਬਣੇ ਜਿਨ ਮਾਰ ਸਹੇ, ਛੋਟਾ ਰਹੇ ਚਿੱਤ ਸੇ ਅੰਤਰ, ਸ਼ਬਦ ਮਾਏ ਤਬ ਸੁਰਤ ਗਏ। ਮਹਾਰਾਜ ਕਿਰਪਾਲ 25 ਸਾਲ ਉਪਦੇਸ਼ ਕਰਦੇ ਰਹੇ ਕਿ ਤੁਸੀਂ ਦੀਨਤਾ ਅਖਤਿਆਰ ਕਰੋ, ਕਿਉਂਕਿ ਪਰਮਾਤਮਾ ਨੂੰ ਦੀਨਤਾ ਪਿਆਰੀ ਹੈ, ਉਹ ਸਭ ਚੀਜ਼ਾਂ ਦਾ ਮਾਲਕ ਹੈ, ਕਿਹਦੇ ਅੱਗੇ ਦੀਨ ਹੋਵੇ। ਇਸ ਵਾਸਤੇ ਜਿਹਨੇ ਉਸ ਦੇ ਦਰਬਾਰ ਜਾਣਾ ਹੈ ਉਹਨੂੰ ਦੀਨਤਾ ਲੈ ਕੇ ਜਾਣਾ ਚਾਹੀਦਾ ਹੈ। ਕਬੀਰ ਸਾਹਿਬ ਕਹਿੰਦੇ ਹੈ ਕਿ ਪਰਮਾਤਮਾ ਦਾ ਜੋ ਰਸਤਾ ਹੈ ਉਹ ਵਾਲ ਤੋਂ ਦਸਵਾਂ ਹਿੱਸਾ ਹੈ, ਮਨ ਸਾਡਾ ਹਾਥੀ ਬਣਿਆ ਹੋਇਆ ਹੈ, ਉਹ ਵਾਲ ਦੇ ਸਰਾਖ ਵੀ ਦੀ ਕਿਸ ਤਰ੍ਹਾਂ ਲੰਘੇ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ ਛੋਟਾ ਰਹੇ ਚਿੱਤ ਸੇ ਅੰਤਰ, ਕਿ ਸਾਨੂੰ ਦਿਲ ਦੇ ਵਿੱਚ ਆਪਦੇ ਦੀਨਤਾ ਅਖਤਿਆਰ ਕਰਨੀ ਚਾਹੀਦੀ ਹੈ, ਤਾਂ ਹੀ ਸਾਡੀ ਸੁਰਤ ਜਿਹੜੀ ਹੈ, ਆਤਮਾ ਜਿਹੜੀ ਹੈ, ਉਹ ਸ਼ਬਦ ਦੇ ਨਾਲ ਜੁੜੇਗੀ ਔਰ ਪਰਮਾਤਮਾ ਆਪਣੇ ਘਰ ਵਿੱਚ ਗੁਹਾ ਖੋਲੇਗਾ। ਮਹਾਰਾਜ ਸਾਵਣ ਸਿੰਘ ਬੜੀ ਇੱਕ ਸੁੰਦਰ ਮਿਸਾਲ ਦੇ ਕੇ ਸਮਝਾਉਂਦੇ ਹੁੰਦੇ ਸੀਗੇ ਕਿ ਸੁਥਰਾ ਫਕੀਰ ਗੁਰੂ ਹਰਗੋਬਿੰਦ ਦੇ ਵਕਤ ਪੈਦਾ ਹੋਇਆ, ਗੁਰੂ ਗੋਬਿੰਦ ਤੱਕ ਉਹ ਰਿਹਾ, ਕਈ ਗੁਰੂਆਂ ਦੇ ਉਹਨੇ ਦਰਸ਼ਨ ਕੀਤੇ। ਉਹ ਬੜਾ ਹਾਸ ਰਸਦਾ ਫਕੀਰ ਸੀਗਾ। ਉਹਨੇ ਕਿਸੇ ਨੂੰ ਪੁੱਛਿਆ ਕਿ ਮਕਾਨ ਮਜ਼ਬੂਤ ਕਿਸ ਤਰ੍ਹਾਂ ਹੁੰਦਾ ਹੈ। ਉਹ ਕਹਿਣ ਲੱਗਿਆ ਕਿ ਮਕਾਨ ਦੇ ਅੰਦਰ ਅਗਰ ਥੰਮ ਲਾ ਦਈਏ ਤਾਂ ਮਕਾਨ ਮਜ਼ਬੂਤ ਹੋ ਜਾਂਦਾ ਹੈ। ਉਹ ਇੱਕ ਸਾਈਡ 'ਚ ਥੰਮ ਲਾਉਣ ਲੱਗਿਆ, ਸਾਰਾ ਮਕਾਨ ਹੀ ਥੰਮਾਂ ਦੇ ਨਾਲ ਭਰ ਦਿੱਤਾ। ਬਾਰਿਸ਼ ਹੋਈ, ਸਰਦੀ ਪੈ ਰਹੀ ਸੀ, ਕਿਸੇ ਆਦਮੀ ਨੇ ਕਿਹਾ ਕਿ ਤੂੰ ਬਾਹਰ ਖੜਾ ਹੈ, ਪਾਲੇ ਮਰ ਰਿਹਾ ਹੈ, ਤੂੰ ਅੰਦਰ ਹੋ ਜਾ। ਉਹ ਕਹਿਣ ਲੱਗਿਆ ਵੀ ਅੰਦਰ ਜਗ੍ਹਾ ਹੁੰਦੀ ਤਾਂ ਮੈਂ ਥੰਮ ਹੋਰ ਨਾ ਲਾ ਦਿੰਦਾ। ਇਹੀ ਹਾਲਤ ਸਾਡੀ ਹੈ, ਜਦੋਂ ਸਾਡਾ ਮੈਂ ਮੇਰੀ ਨਾਲ ਦੁਨੀਆਂ ਦੇ ਮਾਨ ਵਡਿਆਈ ਨਾਲ ਅੰਦਰ ਭਰਿਆ ਹੋਇਆ ਹੈ, ਉਹ ਪਰਮਾਤਮਾ ਕਿੱਥੇ ਆ ਕੇ ਬੈਠੇ? ਪਰਮਾਤਮਾ ਨੂੰ ਬਿਠਾਉਣਾ ਹੈ ਉਹਦੇ ਵਾਸਤੇ ਜਗ੍ਹਾ ਤਾਂ ਬਣਾ ਕੇ ਦੇਖੋ ਤੁਸੀਂ, ਉਹ ਜ਼ਰੂਰ ਆਏਗਾ, ਜਗ੍ਹਾ ਬਣਾਓ। ਇਸ ਵਾਸਤੇ ਆਪ ਕਹਿੰਦੇ ਆ ਸਭ ਦਾ ਆਦਰ ਦਿਲ ਦੇ ਵਿੱਚ ਰੱਖੋ। ਮੁਹੰਮਦ ਸਾਹਿਬ ਦੀ ਹਿਸਟਰੀ ਦੇ ਵਿੱਚ ਆਉਂਦਾ ਹੈ ਕਿ ਉਹਨੂੰ ਸਾਰੀ ਜ਼ਿੰਦਗੀ ਕੋਈ ਆਦਮੀ ਸਲਾਮ ਨਹੀਂ ਪਹਿਲਾਂ ਬੋਲ ਸਕਿਆ ਸੀਗਾ, ਔਰ ਉਹ ਸਭ ਨੂੰ ਪਹਿਲਾਂ ਬੋਲ ਦਿੰਦੇ ਸੀਗੇ। ਇਸੇ ਤਰ੍ਹਾਂ ਸੰਤ ਮਹਾਤਮਾ ਹਮੇਸ਼ਾ ਸਾਡੇ ਅੱਗੇ ਨਿਉਂਦੇ ਕਿਉਂ ਹੈ? ਉਹ ਸਾਨੂੰ ਸਮਝਾਉਣ ਵਾਸਤੇ, ਹਾਲਾਂਕਿ ਉਹ ਕੁੱਲ ਮਾਲਕ ਹੁੰਦੇ ਹੈ, ਹਰ ਵਸੂ ਦੇ ਮਾਲਕ ਹੈ, ਪਰਮਾਤਮਾ ਉਹਨਾਂ ਦੇ ਪਿਆਰ ਵਿੱਚ ਉਹਨਾਂ ਦੇ ਵਸ ਹੋਇਆ ਹੁੰਦਾ ਹੈ, ਲੇਕਿਨ ਸਾਡੇ ਜੀਵਾਂ ਨੂੰ ਸਿਰਫ ਸਮਝਾਉਣ ਵਾਸਤੇ ਕਿ ਇਹ ਵੀ ਨਿਮਰਤਾ ਅਖਤਿਆਰ ਕਰ ਲੈਣ, ਦੀਨਤਾ ਅਖਤਿਆਰ ਕਰ ਲੈਣ ਜੀ। ਛੋਟਾ ਰਹੇ ਚਿੱਤ ਸੇ ਅੰਤਰ, ਸ਼ਬਦ ਮਾਏ ਤਵ ਸੁਰਤ ਗਏ, ਸ਼ਬਦ ਬਿਨਾ ਸਾਰਾ ਜਗ ਅੰਧਾ, ਬਿਨ ਸਤ ਗੁਰ ਸਭ ਪਰਮ ਮਈ। ਸਵਾਮੀ ਜੀ ਮਹਾਰਾਜ ਕਹਿੰਦੇ ਅਗਰ ਇੱਕ ਅੰਧਾ ਹੋਵੇ ਤਾਂ ਅਸੀਂ ਉਹਦਾ ਨਾਂ ਲੈ ਦਈਏ, ਇੱਕ ਸਮਾਜ ਹੋਵੇ ਉਹਦਾ ਵੀ ਨਾਂ ਲੈ ਦਈਏ। ਕਹਿੰਦੇ ਸਾਰੀ ਦੁਨੀਆ ਹੀ ਉਹ ਸ਼ਬਦ ਨਾਮ ਤੋਂ ਅੰਧੀ ਹੈ। ਤੁਲਸੀ ਸਾਹਿਬ ਵੀ ਕਹਿੰਦੇ ਹੈ ਘਟਮੇ ਸੂਝਤ ਨਾਹੀ ਲਾਣਤ ਐਸੀ ਜਿੰਦ, ਤੁਲਸੀ ਜਾਂ ਸੰਸਾਰ ਕੋ ਪਿਆ ਮੋਤੀਆ ਬਿੰਦ। ਗੁਰੂ ਨਾਨਕ ਸਾਹਿਬ ਕਹਿੰਦੇ ਆ ਅੰਧੇ ਸੇ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਨਾਨਕਾ ਜੋ ਖਸਮੋ ਕੁੱਥੇ ਜਾਹੇ ਜੀ। ਸ਼ਬਦ ਬਿਨਾ ਸਾਰਾ ਜਗ ਅੰਧਾ,
बिन सत गुर सब परम मई शब्द वेद और शब्द कुमाई जिन जिन किनी सार लए। संत ये सानू विश्वास नहीं दवाउंदे गे कि तुसी मरिया पिछो परमात्मा नू मिलोंगे या मरिया पिछो जिस्म दे अंदर दाखल होंगे। वो कहिंदे जिसने भी शब्द नाम लेके कमाई कीती वो पास हो गया, वो जिंदे जी अपने घर पहुंच गया। क्योंकि संत महात्मा तां वध तों वध कोशिश करदे आ कि साडे जीवन काल विच ही इन्हां दा कम बन जावे, वो आधार नहीं करदे गे और ना साडे अंदरों आलस सुस्ती पैदा करदे है। मैं कहना हुंदा कि सतगुरां ने नाम जपण वास्ते दिता है, रखण वास्ते नहीं दिता गा। इस वास्ते बुल्ले ने कहा सीगा कि वह प्रभ साडा सखी है, असीं सेवा करियो सूम, वह देने वाला तो सखी है, बूआ खोलने वाला सखी है, लेकिन असीं भजन करन करियो सूम होए बैठे हैं। इस वास्ते आप प्यार ना कहिंदे है शब्द भेद और शब्द कमाई। जिन्हां ने शब्द भेद लैके तन मन धन दे नाल अपनी कमाई कीती, जो गुरु ने कहा उस दे उत्ते चले, उन्हां उन्हां ने कामयाबी अख्तियार कर ली है और वह अपने घर पहुंच गए है। मैं दसदा हुंदा है कि जिसने भी अज तक कमाई कीती मालक दे दरबार पहुंचिया, उसने संत मत नूं चुठलाया नहीं, बल्कि अगवाही दित्ती कि जो कुछ गुरुदेव कहिंदे आ उह सही है जी। शब्द भेद और शब्द कमाई जिन जिन किनी सार लए शब्द रतां सतगुरु पहचानो हम ये पूरा पता दए। हुण आप प्यार दे नाल कहिंदे है कि गुरु जो शब्द स्वरूपी शब्द अभ्यासी है। मैं दसदा हुंदा किसी संत कोले जाण तों पहलां सब तों पहलां असीं देखणा है कि उसने 10-20 साल कोई कमाई कीती है, कोई कुर्बानी कीती है। महाराज सावण सिंह दा जीवन पढ़ के देखो, कई कई दिन अंदरों नहीं निकलते सन, किस तरह वह रात नूं खड़ के अभ्यास करते सन। बाबा जैमल सिंह दा तुसीं अभ्यास ईशी पढ़ी है कि किन्ना किन्ना अभ्यास करते हुंदे सन। इसे तरह महाराज कृपाल गूंगे पहलवान की मिसाल दिंदे हुंदे सन कि हिंदुस्तान च क्यों मशहूर होया, वह रात नूं जाके कसरत करदा हुंदा सीगा। इसे तरह उन्होंने कितना शब्द नाम का अभ्यास किया। और जेड़े लोग भजन अभ्यास तो करते नहीं गे और असी उन्हां तो नाम प्राप्त करते हैं या वह दिंदे है, तुसी सोच के देख लो, ये उन्हां दा कसूर नहीं, ये साड़ी तहकीकात का कसूर हुंदा है। सब तो पहला जान तो पहला असी देखना है कि इन्हें कदे कमाई की है, रात जागया, मेहनत की है, कोई कुरबानी भी की आके संत मत दे विच। साड़ी ये हालत है, गुरु नानक साहब कहते चूहा खड़ना मावी तिकल बद्दा छज। आप तो परमात्मा के दरबार पहुंचे नहीं, आपके मन में शांति नहीं, लोगों को शांति का उपदेश दिने हैं, लोगों को कहने हैं तुसी कुरबानी करो कामयाब हो जाओगे, लेकिन कदे आप देखी आप तो असं किस तरह लड़ते फिरते हैं, झगड़ते फिरते हैं, एक दूजे की निंदा करते फिरते हैं, कदे चौंकड़ी मार के अभ्यास नहीं किया गा। इस वास्ते महात्मा प्यार ना कहते हैं कि असं तुहानू ये पूरा पता दिने हैं कि तुसी शब्द रत्या रत्ता शब्द दे विच जज्ब होया महात्मा नू पकड़ो, तद ही तुसी मालक दे दरबार जा सकते हो जी। शब्द रत्ता सतगुरु पहचानो हम ये पूरा पता दई खोलो आंख निकट ही देखो कहिंदे आ ऐसे महात्मा दे कोले असीं जाने आ, वह नाम दा दीवा जगा के साडे अंदर रख दिंदे आ, कहिंदे अभ्यास करो, इस नूं होर वधाओ, तरक्की करो। कहिंदे मैं तुहानूं खोल के दस दिता है कि किस तरह गुरु मत दे उत्ते चलना है, कित्थों गुरु मत शुरू हुंदी है, क्यों गुरु की खोज करनी है, क्योंकि गुरु तो बगैर असीं परमात्मा दे दरबार जा ही नहीं सकते गे। हिंदू शास्त्रां दे विच लिखिया है कि अगर असीं बगैर गुरु उस राम की भगवान की भगती करते हैं और राम भी अगों ठुकरा दिंदा है। सो सानू भी चाहिए है संत महात्मा के कहने मुताबिक अपने जीवन को सफल बनाइए, इस मौके तो फायदा उठाइए।